कांड 13ਵਾਂ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ ਬਾਬਾ ਪੈਦਾ ਸੱਚ ਖੰਡ ਨਾਉ ਨਿਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰithvi ਦਿਸਾਈ ਬਜਹ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਨ ਤਰਤ ਲੁਕਾਈ ਭਾਈ ਗੁਰਦਾਸ ਜੀ 40 ਦਿਨ ਕਠਨ ਤਪ ਜਗ ਦੇ ਮਗਰੋਂ 6 ਦਿਨ ਸੰਤ ਜੀ ਮਹਾਰਾਜ ਹੌਲੀ ਹੌਲੀ ਖੁਰਾਕ ਘਟਾਈ ਗਏ 6 ਕੜਲੇ ਦਿਨ ਸਵੇਰੇ ਇੱਕ ਗ੍ਰਾਹੀ ਸ਼ਕੀ ਅਤੇ ਸ਼ਾਮ ਨੂੰ ਅੰਨ ਬਿਲਕੁਲ ਗ੍ਰਹਿਣ ਨਾ ਕੀਤਾ। 7ਵੇਂ ਦਿਹਾੜੇ ਭਾਈ ਵਜੀਰ ਸਿੰਘ ਜੀ ਅਤੇ ਮਾਈ ਭਾਗਪਰੀ ਆਪਣੇ ਨਿਤਨੇਮ ਅਨੁਸਾਰ ਜਦ ਸੇਵਾ ਲਈ ਆਏ ਤਦ ਕੀ ਵੇਖਦੇ ਹਨ ਕਿ ਇੱਕ बावਲੀ ਵਾਲੀ ਕੁਟੀਆ ਦਾ ਦਰਵਾਜ਼ਾ ਬੰਦ ਹੈ ਅਤੇ ਸੰਤ ਬਾਹਰ ਕਿਧਰੇ ਨਜ਼ਰ ਨਹੀਂ ਆਉਂਦੇ। ਪ੍ਰੇਮੀ ਸਾਰਾ ਦਿਨ ਬੈਠ ਬੈਠ ਕੇ ਚਲੇ ਗਏ। ਮਾਈ ਭਾਗ ਭਰੀ ਦੇ ਚਿੱਤ ਵਿੱਚ ਸੰਤ ਜੀ ਮਹਾਰਾਜ ਦੇ ਚਰਨ ਕਮਲਾਂ ਦਾ ਤੀਬਰ ਪ੍ਰੇਮ ਸੀ ਇਹ ਹਰ ਰੋਜ਼ ਚੂਰੀ ਕੁੱਟ ਕੇ ਲਿਆਵੇ ਅਤੇ ਕੁਟਿਆ ਦੇ ਬਾਹਰ ਬਹੁਤ ਚਿਰ ਬੈਠੀ ਰਹੇ ਕਿ ਸੰਤ ਹੁਣੇ ਬਾਹਰ ਨਿਕਲਦੇ ਹਨ ਪਰ ਹਰ ਰੋਜ਼ ਨਿਰਾਸ਼ ਹੋ ਕੇ ਕੁਟਿਆ ਦੀ ਪ੍ਰਦੱਖਣਾ ਕਰਕੇ ਚਲੀ ਜਾਵੇ ਇਸ ਤਰ੍ਹਾਂ ਮਾਈ ਭਾਗ ਭਰੀ ਨੂੰ 40 ਦਿਨ ਦਰਸ਼ਨ ਨਾ ਹੋਏ 41ਵੇਂ ਦਿਨ ਜਦ ਭਾਈ ਵਜੀਰ ਸਿੰਘ ਅਤੇ ਮਾਈ ਭਾਗ ਭਰੀ ਅੰਮ੍ਰਿਤ ਵੇਲੇ ਆਏ ਤਦ ਕੀ ਦੇਖਦੇ ਹਨ ਕਿ ਕੂਟਿਆ ਦਾ ਦਰਵਾਜ਼ਾ ਖੁੱਲ੍ਹਾ ਹੈ ਅਤੇ ਮਹਾਰਾਜ ਅੰਦਰ ਹਨ ਪ੍ਰੇਮੀ ਬੜੇ ਹੀ ਖੁਸ਼ ਹੋਏ ਅਤੇ ਬੇਨਤੀ ਕੀਤੀ ਕਿ ਹਜੂਰ ਬਾਹਰ ਆ ਕੇ ਖੁੱਲੇ ਦਰਸ਼ਨ ਦੇਵੋ ਸੰਤ ਜੀ ਮਹਾਰਾਜ ਨੇ ਅੰਦਰੋਂ ਹੀ ਜਵਾਬ ਦਿੱਤਾ ਕਿ ਸਾਡਾ ਇਰਾਦਾ 6 ਮਹੀਨੇ ਅੰਦਰ ਹੀ ਰਹਿਣ ਦਾ ਹੈ ਅਸਾਂ ਦਰਵਾਜ਼ਾ ਅੱਜ ਇਸ ਲਈ ਖੋਲਿਆ ਹੈ ਕਿ ਤੁਸੀਂ ਬਹੁਤ ਘਬਰਾ ਗਏ ਸੀ ਕਿ ਸਾਨੂੰ ਤੁਹਾਡੀ ਬਹੁਤ ਖਿੱਚ ਪੈਂਦੀ ਸੀ ਇਹ ਸੁਣ ਕੇ ਮਾਈ ਅਤੇ ਉਸ ਦਾ ਪਤੀ ਦੋਵੇਂ ਕੂਟੀਆਂ ਦੇ ਦਰਵਾਜ਼ੇ ਵਿੱਚ ਖੜੇ ਹੋ ਗਏ ਅਤੇ ਬਹੁਤ ਹੱਥ ਜੋੜੇ ਫਿਰ ਅੰਦਰ ਜਾ ਕੇ ਚਰਨਾਂ ਤੇ ਟਹਿ ਪਏ ਤੇ ਬੇਨਤੀ ਕੀਤੀ ਮਹਾਰਾਜ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ ਕੋਜ ਤੇਰੇ ਇਸ ਨੂੰ ਰਾਮ ਆ ਜਾਵੇ ਫਿਰ ਹਜੂਰ 6 ਮਹੀਨੇ ਦਾ ਤਾਪ ਆਰੰਭ ਕਰ ਲੈਣ। ਪ੍ਰੇਮੀਆਂ ਦੀ ਆਤ ਨਿਮਰਤਾ ਅਤੇ ਪ੍ਰੇਮ ਭਰੀ ਬੇਨਤੀ ਸੰਤ ਜੀ ਮਹਾਰਾਜ ਨੂੰ ਮਨਜ਼ੂਰ ਕਰਨੀ ਪਈ। ਫਿਰ ਸੰਤ ਜੀ ਕੁਟਿਆ ਤੋਂ ਬਾਹਰ ਆ ਗਏ। ਮਾਈ ਭਾਗਪਰੀ ਦੌੜੀ ਦੌੜੀ ਘਰ ਆਈ। ਕੋਜ ਕਿਓ ਲਿਆਈ ਤੇ ਆਉਂਦਿਆਂ ਹੀ ਕਿਓ ਨਾਲ ਮਹਾਰਾਜ ਦਾ ਗਲਾ ਮਲਨ ਲੱਗ ਪਈ। ਮਹਾਰਾਜ ਨੇ ਆਖਿਆ ਬੋਲੀ ਮਾਈ ਸਾਡਾ ਗਲਾ ਨਹੀਂ ਸੁਕਿਆ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ ਅਸਾਂ ਦਰਵਾਜ਼ਾ ਤਾਂ ਖੋਲਿਆ ਹੈ ਕਿ ਸਾਨੂੰ ਤੁਹਾਡੀ ਖਿਚ ਹਰ ਵੇਲੇ ਪੈਂਦੀ ਸੀ ਅਤੇ ਹਰ ਰੋਜ਼ ਪ੍ਰਸ਼ਾਦ ਦੀ ਨਰਾਦਰੀ ਹੁੰਦੀ ਸੀ ਫਿਰ ਮਾਈ ਨੇ ਖਾਣ ਵਾਸਤੇ ਕੁਝ ਨਰਮ ਚੀਜ਼ ਲਿਆਂਦੀ ਅਤੇ ਦੁੱਧ ਛਕਾਇਆ ਦੋ ਦਿਨ ਮਹਾਰਾਜ ਨੂੰ ਪ੍ਰਸ਼ਾਦਾ ਨਾ ਦਿੱਤਾ ਖਿਚੜੀ ਆਦਿਕ ਨਰਮ ਖੁਰਾਕ ਲਿਆਉਂਦੀ ਰਹੀ 6 ਮਹੀਨੇ ਕਠਨ ਤਪ 2 ਮਹੀਨੇ ਸੰਤ ਜੀ ਬਾਹਰ ਰਹੇ ਫਿਰ ਸੰਤ ਜੀ ਮਹਾਰਾਜ ਨੇ ਖੁਰਾਕ ਘਟਾਉਣੀ ਸ਼ੁਰੂ ਕਰ ਦਿੱਤੀ ਅਤੇ 8ਵੇਂ ਦਿਨ ਰਾਤ ਨੂੰ ਅੰਨ ਬਿਲਕੁਲ ਗ੍ਰਹਿਣ ਨਾ ਕੀਤਾ ਮਾਈ ਭਾਗਪਰੀ ਪਿਛਲੀ ਖੇੜ ਤੋਂ ਹੁਣ ਕੁਝ ਜਾਣੂ ਹੋ ਚੁੱਕੀ ਸੀ ਉਸਨੇ ਪੁੱਛਿਆ ਕਿ ਮਹਾਰਾਜ ਫਿਰ ਚਿੱਲੇ ਪੈਸੋ ਸੰਤ ਜੀ ਮਹਾਰਾਜ ਹੱਸ ਪਏ ਅਤੇ ਆਖਿਆ ਕਿ ਤੂੰ ਤਾਂ ਸਾਡੇ ਦਿਲ ਦੀ ਪੁੱਝ ਲਈ ਸੁਭਾਗ ਜੋੜੀ ਨੇ ਬੇਨਤੀ ਕੀਤੀ ਕਿ ਮਹਾਰਾਜ ਕੁਝ ਖਾਣ ਵਾਸਤੇ ਦੱਸੋ ਨਹੀਂ ਤਾਂ ਅਸੀਂ ਦੋਵੇਂ ਜੀ ਭੁੱਖੇ ਤੇ ਹਾਏ ਦਰ ਅੱਗੇ ਬੈਠੇ ਰਹਾਂਗੇ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਅੰਨ ਛਕ ਕੇ ਇੱਕ ਰਸ ਬੈਠਿਆ ਨਹੀਂ ਜਾਂਦਾ ਤੇ ਚਿਲਾ ਵੀ ਮਨਜ਼ੂਰ ਨਹੀਂ ਹੁੰਦਾ ਸਾਡੇ ਵਾਸਤੇ ਅਮਰਤ ਵੇਲੇ ਪਾਉ ਕੋ ਦੁੱਧ ਅਤੇ ਸ਼ਾਮ ਨੂੰ ਪਾਈਆ ਪਰ ਸਰਦਾਈ ਕੁਟਿਆ ਦੇ ਆਲੇ ਵਿੱਚ ਬਾਹਰ ਰੱਖ ਜਾਇਆ ਕਰਨਾ ਅਸੀਂ ਆਪ ਹੀ ਲੈ ਲਿਆ ਕਰਾਂਗੇ ਨਾਲ ਹੀ ਹਰ ਰੋਜ਼ ਇੱਕ ਦਾਤਨ ਧਰਦਿਆ ਕਰਨੀ ਗੁਰਮਤਾ ਹੋ ਗਿਆ ਅਤੇ ਦੂਸਰੇ ਦਿਨ ਹੀ ਸੰਤ ਜੀ ਮਹਾਰਾਜ ਨੇ ਆਪਣੀ ਕੁਟਿਆ ਦਾ ਦਰਵਾਜ਼ਾ ਬੰਦ ਕਰ ਲਿਆ ਪ੍ਰੇਮੀ ਹਰ ਰੋਜ਼ ਅੰਮ੍ਰਿਤ ਵੇਲੇ ਦੁੱਧ ਅਤੇ ਸ਼ਾਮ ਦੇ ਵਕਤ ਸਰਦਾਈ ਇਹ ਇੱਕ ਸਰਜਰੀ ਦਾਤਨ ਕੂਟੀਆ ਦੇ ਆਲੇ ਵਿੱਚ ਰੱਖ ਜਾਇਆ ਕਰਨ। ਮਹਾਰਾਜ ਲੈ ਲੈਣ ਅਤੇ ਖਾਲੀ ਬਰਤਨ ਮੋਰੀ ਵਿੱਚ ਰੱਖ ਦੇਣ। ਇਸ ਤਰ੍ਹਾਂ ਗਿਣਦਿਆਂ ਗਿਣਦਿਆਂ ਪ੍ਰੇਮੀਆਂ ਨੇ 6 ਮਹੀਨੇ ਬਿਤਾਏ। ਸੰਤ ਜੀ ਮਹਾਰਾਜ ਅੰਦਰ ਹੀ ਸ੍ਰੀ ਅਕਾਲ ਜੀ ਦੀ ਯਾਦ ਵਿੱਚ ਮगन ਸਨ ਅਤੇ ਇਹ ਦੋਵੇਂ ਮਰਜੀਵੜੇ ਬਾਹਰ ਸੇਵਾ ਦੀ ਧੁਨ ਵਿੱਚ ਮਸਤ ਸਨ। ਦੰਪਤੀ ਨੂੰ ਹਰ ਵਕਤ ਇਹ ਤਾੰਗ ਲੱਗੀ ਰਹਿੰਦੀ ਸੀ ਕਿ ਕਾਦੋ ਸੁਭਾਗ ਦਿਨ ਆਵੇ ਜਦ ਮਹਾਰਾਜ ਜੀ ਦੇ ਖੁੱਲੇ ਦਰਸ਼ਨ ਹੋਣ ਚਿਰਾਂ ਦੇ ਉਡੀਕਦਿਆਂ ਨੂੰ ਇਹ ਦਿਨ ਆ ਗਿਆ ਠੀਕ 6 ਮਹੀਨੇ ਬੀਤਣ ਮਗਰੋਂ ਜਦ ਭਾਈ ਵਜੀਰ ਸਿੰਘ ਅਤੇ ਮਾਈ ਭਾਗ ਭਰੀ ਅੰਮ੍ਰਿਤ ਵੇਲੇ ਆਏ ਤਦ ਕੀ ਦੇਖਣ ਕੇ ਕੁਟਿਆ ਦਾ ਦਰਵਾਜ਼ਾ ਖੁੱਲਾ ਹੈ ਪਰ ਮਹਾਰਾਜ ਅਜੇ ਅੰਦਰ ਹੀ ਹਨ ਦੋਵੇਂ ਜੀ ਅੰਦਰ ਗਏ ਸਰੀਰ ਕੁਝ ਨਿਰਬਲ ਹੋ ਗਿਆ ਸੀ ਅਤੇ ਅੰਦਰ ਹੀ ਲੱਤਾਂ ਬਾਹਵਾਂ ਦਲੇ ਅਤੇ ਸਾਰੇ ਸਰੀਰ ਦੇ ਗਰਮ ਘਿਓ ਦੀ ਮਾਲਿਸ਼ ਕੀਤੀ ਫਿਰ ਆਰਾਮ ਨਾਲ ਮਹਾਰਾਜੀ ਨੂੰ ਬਾਹਰ ਲਿਆਂਦਾ ਬਾਹਰ ਆ ਕੇ ਤਾਲੂ ਵਿੱਚ ਮੱਖਣ ਛੱਸਿਆ ਅਤੇ ਕੇਸਾਂ ਨੂੰ ਘਿਓ ਲਾਇਆ ਇਸ ਵੇਲੇ ਕੇਸ ਬੜੇ ਲੰਮੇ ਸਨ ਅਤੇ ਜਦ ਸੰਤ ਜੀ ਮਹਾਰਾਜ ਖੜੇ ਹੁੰਦੇ ਪੈਰਾਂ ਤੀਕਰ ਜਾਂਦੇ ਸਨ ਇੱਕ ਸਾਲ ਤਪ ਕਰਨਾ ਥੋੜੇ ਚਿਰ ਮਗਰੋਂ ਮਹਾਰਾਜ ਨੇ ਪ੍ਰੇਮੀਆਂ ਨੂੰ ਆਖਿਆ ਕਿ ਸਾਡਾ ਜੀ ਇੱਥੇ ਬੈਠ ਕੇ ਸਿਮਰਨ ਵਿੱਚ ਇੰਨਾ ਲੱਗਦਾ ਹੈ ਅਤੇ ਆਨੰਦ ਵਿੱਚ ਮਗਨ ਰਹਿੰਦਾ ਹੈ ਕਿ ਚਿਤ ਚਾਹੁੰਦਾ ਹੈ ਕਿ ਕਈ ਸਾਲ ਬੈਠੇ ਹੀ ਰਹੀਏ ਅਤੇ ਬੈਠਿਆਂ-ਬੈਠਿਆਂ ਸਰੀਰ ਤੇ ਵਰਮੀ ਸਾਰਾ ਸਰੀਰ ਮਿੱਟੀ ਨਾਲ ਢੱਕਿਆ ਜਾਏ ਜੰਮ ਜਾਵੇ ਹੁਣ ਅਸੀਂ ਛੇਤੀ 1 ਸਾਲ ਵਾਸਤੇ ਕੂਟਿਆ ਦਾ ਦਰਵਾਜ਼ਾ ਅਡਾ ਲਵਾਂਗੇ ਮਾਈ ਭਾਗ ਭਰੀ ਅਤੇ ਉਸ ਦਾ ਪਤੀ ਇਹ ਸੁਣ ਕੇ ਮਹਾਰਾਜ ਦੇ ਚਰਨਾਂ ਤੇ ਟਹਿ ਪਈ ਅਤੇ ਬੇਨਤੀ ਕੀਤੀ ਮਹਾਰਾਜ ਕੁਝ ਚਿਰ ਤਾਂ ਆਰਾਮ ਕਰ ਲਵੋ ਪ੍ਰੇਮੀਆਂ ਦੇ ਖੇੜੇ ਪੈ ਜਾਣ ਪਰ ਸੰਤ ਜੀ ਮਹਾਰਾਜ ਨੇ 4 ਮਹੀਨੇ ਬਾਹਰ ਰਹਿਣ ਦਾ ਵਚਨ ਕੀਤਾ ਮਾਈ ਭਾਗ ਭਰੀ ਹਰ ਰੋਜ਼ ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਦੇ ਸਰੀਰ ਨੂੰ ਬੜੇ ਪ੍ਰੇਮ ਨਾਲ ਮਾਲਿਸ਼ ਕਰਦੀ ਜੋ ਅੰਨ ਨਾ ਛਕਣ ਅਤੇ ਅੰਦਰ ਬੈਠਣ ਕਰਕੇ ਬੜਾ ਹੀ ਸੁੱਕ ਗਿਆ ਸੀ। ਅਤੇ ਕਾਲਾ ਸਿਆਹ ਹੋ ਗਿਆ ਸੀ। ਗਲੇ ਨੂੰ ਵੀ ਮਾਲਿਸ਼ ਨਾਲ ਨਰਮ ਕੀਤਾ। 10 ਦਿਨ ਦੁੱਧ ਹੀ ਛਕਣ ਮਗਰੋਂ ਅੰਨ ਅੰਦਰ ਗਿਆ। ਇੱਕ ਦਿਨ ਜਦ ਮਾਈ ਮਾਲਿਸ਼ ਕਰ ਰਹੀ ਸੀ ਤਦ ਸੰਤ ਜੀ ਮਹਾਰਾਜ ਨੇ ਫਰਮਾਇਆ ਮਾਈ ਇਸ ਮਿੱਟੀ ਨੂੰ ਕਿਉਂ ਸੁਵਾਰਨੀ ਹੈ? ਇਸ ਕੋਲੋਂ ਜਿੰਨਾ ਕੰਮ ਲੈ ਲਈਏ ਉਹਨਾਂ ਹੀ ਚੰਗਾ ਹੈ। ਇਸ ਤਰ੍ਹਾਂ ਪ੍ਰੇਮ ਦੀ ਲਹਿਰ ਵਿੱਚ 4 ਮਹੀਨੇ ਬੜੀ ਛੇਤੀ ਬੀਤ ਗਏ। ਮਹਾਰਾਜ ਨੇ ਫਿਰ 12 ਦਿਨ ਹੌਲੀ-ਹੌਲੀ ਖੁਰਾਕ ਘਟਾ ਕੇ ਕਨੋਹੇ ਦੀ ਇਸ ਸੁਭਾਗ ਜੋੜੀ ਨੂੰ ਆਖਿਆ ਕਿ ਅਸੀਂ 1 ਸਾਲ ਵਾਸਤੇ ਇੱਕ ਰਾਸ ਸਿਮਰਨ ਲਈ ਕੂਟੀਆਂ ਵਿੱਚ ਬੈਠਾਂਗੇ। ਦੰਪਤੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਕੁਝ ਅੰਨ ਪਾਣੀ ਸ਼ਕਣ ਵਾਸਤੇ ਮਨਜ਼ੂਰ ਕਰੋ। ਦੁਪਹਿਰ ਤੀਕਰ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਬੇਨਤੀ ਕਰੀ ਗਈ ਅਤੇ ਪ੍ਰਸ਼ਾਦਾ ਵੀ ਨਾ ਛਕਿਆ ਸੰਤਾਂ ਨੇ ਆਖਿਆ ਕਿ ਘਰ ਜਾ ਕੇ ਪ੍ਰਸ਼ਾਦਾ ਛਕੋ ਫਿਰ ਸ਼ਾਮ ਵੇਲੇ ਆਉਣਾ ਪਰ ਪ੍ਰੇਮੀ ਅਣਜਾਣੇ ਬਾਲਕਾਂ ਵਾਂਗੂ ਖੜ੍ਹੇ ਪੈ ਗਏ ਅਤੇ ਭੋਲੇ ਭਾਏ ਆਖਿਆ ਜਦ ਬਚਨ ਕਰਸੋ ਅਤੇ ਖਾਣ ਪੀਣ ਵਾਸਤੇ ਕੁਝ ਠਹਿਰਾਵਸੋ ਤਦ ਜਾਸਾਂ ਇਹ ਸੁਣ ਕੇ ਮਹਾਰਾਜ ਹੱਸ ਕੇ ਬੋਲੇ ਤੁਸੀਂ ਕੀ ਚਾਹੁੰਦੇ ਹੋ ਮਾਈ ਭਾਗ ਭਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਹੁਕਮ ਕਰੋ ਤਾਂ ਪਤਲੀ ਸ਼ੋਹਾਨੀ ਲੈ ਆਇਆ ਕਰੀਏ ਮਹਾਰਾਜ ਨੇ ਸ਼ੋਹਾਨੀ ਮਨਜ਼ੂਰ ਨਾ ਕੀਤੀ ਪਰ ਆਖਿਆ ਕਿ ਅੰਮ੍ਰਿਤ ਵੇਲੇ ਦੁੱਧ ਪਿਛਲੇ ਪੈਰ ਸਰਦਾਈ ਅਤੇ ਰਾਤ ਵੇਲੇ ਸਬਜ਼ੀ ਦਾ ਕੌਲ ਇੱਕ ਸੱਜਰੀ ਦਾਤਨ ਅੱਗੇ ਵਾਂਗੂ ਕੋਟਿਆ ਦੇ ਆਲੇ ਵਿੱਚ ਧਰ ਜਾਇਆ ਕਰਨੀ ਬੇਨਤੀ ਮਨਜ਼ੂਰ ਹੋਣ ਪਰ ਪ੍ਰੇਮੀ ਬੜੇ ਖੁਸ਼ ਹੋਏ ਪਰ ਨਾਲ ਹੀ ਬੇਨਤੀ ਕੀਤੀ ਕਿ ਹਜੂਰ 8ਵੇਂ ਦਿਨ ਕੇਸੀ ਇਸ਼ਨਾਨ ਵਾਸਤੇ ਦਹੀਂ ਧਰਨ ਦੀ ਆਗਿਆ ਦੇਵੋ ਮਹਾਰਾਜ ਨੇ ਕਿਹਾ ਸਤਿ ਬਚਨ ਹੁਣ ਪ੍ਰੇਮੀ ਪ੍ਰਸ਼ਾਦ ਛਕਣ ਲਈ ਘਰ ਆਏ ਤੇ ਸ਼ਾਮ ਨੂੰ ਮਹਾਰਾਜ ਦੇ ਦਰਸ਼ਨ ਕੀਤੇ ਮਨ ਵਿੱਚ ਵਿਰਾਗ ਸੀ ਕੀ ਜਾਣੀਏ ਇਹ ਸਾਲ ਕਦ ਬੀਤ ਸੀ ਅਤੇ ਕਾਦੇ ਇਹ ਸਮਾਂ ਫੇਰ ਮਿਲਸੀ ਦੂਸਰੇ ਦਿਨ ਕੁਦਰਤੀ ਪਹਿਲੀ ਵਿਸਾਖ ਖਾਲਸਾ ਜੀ ਦਾ ਜਨਮ ਦਿਨ ਸੀ ਸੰਤ ਜੀ ਮਹਾਰਾਜ ਪੰਜਾ ਪਿਆਰਿਆਂ ਦੇ ਸਾਹਿਬ ਅਕਾਲੀ ਪੰਥ ਦੇ ਸਜਾਵਣ ਵਾਲੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਕਮਲਾਂ ਤੇ ਧਿਆਨ ਧਰ ਅਮਰਤ ਵੇਲੇ 2 ਵਜੇ ਹੀ ਆਸਣ ਜਮਾ ਕੇ ਕੂਟੀਆਂ ਵਿੱਚ ਬੈਠ ਗਏ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਮਾਈ ਭਾਗ ਭਰੀ ਦਿਨ ਵਿੱਚ ਦੋ ਵਾਰੀ ਆਵੇ ਅਤੇ ਦੁੱਧ ਸਰਦਾਈ ਹਾਲੇ ਵਿੱਚ ਧਰ ਜਾਵੇ ਸ਼ਾਮ ਵੇਲੇ ਭਾਈ ਵਜੀਰ ਸਿੰਘ ਜੀ ਦਾਤਨ ਅਤੇ ਸਬਜ਼ੀ ਦਾ ਕੌਲਾ ਲੈ ਆਉਣ ਅਤੇ ਖਾਲੀ ਬਰਤਨ ਲੈ ਜਾਣ ਦੋਵੇਂ ਜੀ ਕੁਟਿਆ ਦੇ ਹਾਲੇ ਦਿਵਾਲੇ ਹਰ ਰੋਜ਼ ਕਈ ਪ੍ਰਕਰਮਾਂ ਕਰਨ ਅਤੇ ਕੁਟਿਆ ਵੱਲ ਕੰਨ ਲਾ ਕੇ ਸੁਣਨ ਪਰ ਕੋਈ ਆਵਾਜ਼ ਨਾ ਆਵੇ ਪ੍ਰੇਮੀਆਂ ਦੇ ਘਰ ਦੁੱਧ ਅਤੇ ਸਰਦਾਈ ਦਾ ਤਾਂ ਕੋਈ ਘਾਟਾ ਨਹੀਂ ਸੀ ਪਰਕਨੋਹੇ ਜੈਸੇ ਨਗਰ ਵਿੱਚ ਹਰ ਰੋਜ਼ ਸਬਜ਼ੀ ਦਾ ਮਿਲਣਾ ਕਠਣ ਸੀ ਇਹਨਾਂ ਨੂੰ ਸਬਜ਼ੀ ਦਾ ਬੜਾ ਫਿਕਰ ਰਹੇ ਪਰ ਥੋੜੇ ਦਿਨਾਂ ਵਿੱਚ ਹੀ ਕਰਤਾਰ ਨੇ ਕੋਈ ਐਸੀ ਖੇਲ ਵਰਤਾਈ ਕਿ ਕਲਰ ਡੇਰਾ ਖਾਲਸਾ 라ਵਲ ਪਿੰਡੀ ਤੋਂ ਸਬਜ਼ੀ ਆਉਣ ਲੱਗ ਪਈ ਘਰ ਵਿੱਚ ਸਬਜ਼ੀ ਦੇ ਟੋਕਰੇ ਭਰੇ ਹੀ ਰਹਿਣ ਇਸ ਤਰ੍ਹਾਂ ਸੰਤ ਜੀ ਮਹਾਰਾਜ ਜਾਗਦੀ ਜੋਤ ਨਾਲ ਇੱਕ ਟੱਕ ਜੁੜੇ ਰਹੇ ਜਾਗਤ ਜੋਤ ਜਪੈ ਇਸ ਬਾਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਪੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈ ਖਾਲਸ ਤਾਹੇ ਨਖਾਲਸ ਜਾਨੈ ਪੂਰੇ ਇਕਵਰੇ ਮਗਰੋਂ ਠੀਕ ਪਹਿਲੀ ਵਿਸਾਖ ਵਾਲੇ ਦਿਨ ਸੰਮਤ 1953 ਸਨ 1886 ਈਸਵੀ ਨੂੰ ਅਮਰਤ ਵੇਲੇ ਕੁਟਿਆ ਦਾ ਦਰਵਾਜ਼ਾ ਖੋਲਿਆ ਗਿਆ ਪ੍ਰੇਮੀ ਅੱਗੇ ਹੀ ਇਸ ਦਿਨ ਦੀ ਉਡੀਕ ਵਿੱਚ ਸੁਖਾਂ ਸੁਖ ਰਹੇ ਸਨ ਜਦ ਅਮਰਤ ਵੇਲੇ ਆਏ ਅਤੇ ਦਰਵਾਜ਼ਾ ਖੁੱਲਾ ਦੇਖਿਆ ਤਾ ਚਿਤ ਬੜੇ ਹੀ ਪ੍ਰਸੰਨ ਹੋਏ। ਨਾਲ ਹੀ ਮਾਨ ਵਿੱਚ ਤੁਖ ਤੁਖੀ ਲੱਗੀ ਹੋਈ ਸੀ ਕਿ ਖਬਰੇ ਸਰੀਰ ਦਾ ਕੀ ਹਾਲ ਹੋਵੇਗਾ। ਪ੍ਰੇਮ ਅਤੇ ਫਿਕਰ ਦੀ ਇਸ ਦਸ਼ਾ ਵਿੱਚ ਪ੍ਰੇਮੀ ਕੁਟਿਆ ਵਿੱਚ ਗਏ ਕੀ ਦੇਖਦੇ ਹਨ ਕਿ ਸਰੀਰ ਭਾਵੇਂ ਬਿਲਕੁਲ ਸੁੱਕ ਗਿਆ ਹੈ। ਅਤੇ ਹੱਡੀਆਂ ਭਾਵੇਂ ਇੱਕ ਇੱਕ ਕਰਕੇ ਗਿਣੀਆਂ ਜਾਂਦੀਆਂ ਹਨ। ਪਰ ਚਿਹਰਾ ਖਿੜਿਆ ਹੋਇਆ ਹੈ। ਮੱਥੇ ਤੇ ਕੋਈ ਐਸਾ ਨੂਰ ਹੈ ਕਿ ਜਲਾਲ ਝੱਲਿਆ ਨਹੀਂ ਜਾਂਦਾ। ਪ੍ਰੇਮੀ ਚਰਨਾ ਤੇ ਟਹਿ ਪਏ ਲੱਤਾਂ ਦੱਬੀਆਂ ਮਾਲਿਸ਼ ਕੀਤੀ ਅਤੇ ਫੇਰ ਬਾਹਰ ਲਿਆਂਦਾ ਮਹਾਰਾਜ ਹੱਸ ਕੇ ਬੋਲੇ ਅਸੀਂ ਕੋਈ ਹਲਵਾਂਦੇ ਰਹੇ ਹਾਂ ਕਿ ਥੱਕ ਗਏ ਹਾਂ ਤੁਸੀਂ ਸਾਡਾ ਇਤਨਾ ਫਿਕਰ ਕਿਉਂ ਕਰਦੇ ਹੋ ਪਾਈ ਵਜ਼ੀਰ ਸਿੰਘ ਨੇ ਆਖਿਆ ਮਹਾਰਾਜ ਆਪ ਤੋਂ ਵੱਡਾ ਹਲ ਕਿਸ ਨੇ ਵਾਹਣਾ ਹੈ ਆਪ ਸਾਰੀ ਸ੍ਰਿਸ਼ਟੀ ਦੇ ਥੰਮਣ ਲਈ ਆਪਣੇ ਸਰੀਰ ਨੂੰ ਇਸ ਤਤਿੱਖਿਆ ਵਿੱਚ ਪਾਉਂਦੇ ਹੋ ਪਹਿਲੇ ਦੋ ਤਾਪਾਂ ਦੀ ਸੋ ਅੱਗੇ ਫੈਲ ਚੁੱਕੀ ਸੀ ਪਰ ਤੀਸਰੇ ਸਾਲ ਦੇ ਤਪ ਦੀ ਧਾਂਗ ਤਾਂ ਦੂਰ ਦੂਰ ਚਲੀ ਗਈ ਗੁਰੂ ਕੀਆ ਸੰਗਤਾਂ ਹਰ ਰੋਜ਼ ਆਉਣ ਲੱਗ ਪਈਆਂ ਢੋਲਕ ਸ਼ੈਣਿਆਂ ਦੀ ਗੂੰਜ ਹਰ ਵਕਤ ਲੱਗੀ ਰਹੇ ਕਦੀ ਕੋਈ ਜਥਾ ਇਸ ਪਾਸਿਓਂ ਆ ਜਾਵੇ ਕਦੀ ਕੋਈ ਜਥਾ ਉਸ ਪਾਸਿਓਂ ਆ ਜਾਵੇ ਹਰ ਵਕਤ ਦੀਵਾਨ ਲੱਗਾ ਰਹੇ ਅਤੇ ਇੱਕ ਦੂਸਰ ਕਾਂਡ 14ਵਾਂ ਸੋਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦਿਸ ਹੈ ਤਿਨ ਜਮ ਜਾ ਗਾਤੀ ਲੂਟੈ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਿਕ ਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੰਗਤਾਂ ਦਾ ਖਿੱਚੇ ਆਉਣਾ ਤੀਸਰੇ ਤਾਪ ਦੇ ਮਗਰੋਂ ਸੰਗਤਾਂ ਦਾ ਆਉਣਾ ਜਾਣਾ ਬਹੁਤ ਹੋ ਗਿਆ ਅਤੇ ਕਈ ਪ੍ਰੇਮੀ ਸੰਤ ਜੀ ਮਹਾਰਾਜ ਦਾ ਪ੍ਰਤਾਪ ਵੇਖੀ ਕੇ ਈਰਖਾ ਵੀ ਕਰਨ ਲੱਗ ਪਏ। ਭਾਈ ਵਜੀਰ ਸਿੰਘ ਤੇ ਮਾਈ ਭਗ ਭਰੀ ਦੇ ਬੇਨਤੀ ਕਰਨ ਪਰ ਸੰਤ ਜੀ ਮਹਾਰਾਜ ਜੀ ਨੇ ਰਾਤ ਵੇਲੇ ਅਨੰਨ ਭਗਤਾਂ ਦੇ ਘਰ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ। ਅਤੇ ਰਾਤ ਆਰਾਮ ਵੀ ਇਨਾਂ ਦੇ ਘਰ ਹੀ ਕਰਨ। 2-3 ਘੰਟੇ ਸਮਾਧੀ ਅਸਥਿਤ ਹੋਣ ਦੇ ਮਗਰੋਂ ਦੇਣ ਚੜਦੇ ਨਾਲ ਹੀ ਤਾਪਸਥਾਨ ਵੱਲ ਜਾਣ ਅਤੇ ਭਾਈ ਵਜੀਰ ਸਿੰਘ ਤੇ ਮਾਈ ਭਾਗ ਭਰੀ ਦੋਹਾਂ ਨੂੰ ਨਾਲ ਲੈ ਆਉਣਾ ਆਪ ਪਾਠ ਕਰਨ ਅਤੇ ਇਨ੍ਹਾਂ ਪ੍ਰੇਮੀਆਂ ਨੂੰ ਵੀ ਕਰਾਉਣਾ ਕੁਝ ਚਿਰ ਮਗਰੋਂ ਸਵੇਰੇ ਅਤੇ ਸ਼ਾਮ ਸ਼ਬਦ ਕੀਰਤਨ ਸ਼ੁਰੂ ਕਰ ਦਿੱਤਾ ਸਾਰਾ ਪਿੰਡ ਨਾਲ ਰਲ ਜਾਵੇ ਦੋ ਸਾਲ ਇਹ ਕੀਰਤਨ ਬਗੈਰ ਸਾਜਾਂ ਦੇ ਹੁੰਦਾ ਰਿਹਾ ਫੇਰ ਮਹਾਰਾਜ ਨੇ 라ਵਲ ਪਿੰਡੀ ਤੋਂ ਜੋੜੀ ਮੰਗਵਾਈ ਜੋੜੀ ਆਿਆਂ ਨੂੰ ਥੋੜੇ ਹੀ ਦਿਨ ਬੀਤੇ ਸਨ ਕਿ ਰਾਗੀ ਰਾਮ ਸਿੰਘ ਜੀ ਸਰੰਦੇ ਵਾਲਾ ਭਾਈ ਆਨੰਦ ਸਿੰਘ ਜੀ ਅਤੇ ਭਾਈ ਵਰਿਆਮ ਸਿੰਘ ਜੀ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਅਤੇ ਨਿਤਨੇਮ ਕੀਰਤਨ ਰਾਗ ਵਿੱਚ ਸ਼ੁਰੂ ਹੋ ਗਿਆ ਭਾਈ ਪ੍ਰੇਮ ਸਿੰਘ ਜੀ ਹੁਣ ਮਹਾਰਾਜ ਦੀ ਨਿਗਾਹ ਜਥਾ ਬਣਾਉਣ ਵੱਲ ਹੋਈ ਅਤੇ ਆਏ ਦਿਨ ਨਵੇਂ ਤੋਂ ਨਵੇਂ ਸੇਵਕ ਰਲਣ ਲੱਗ ਪਏ ਇੱਕ ਦਿਨ ਭਾਈ ਪ੍ਰੇਮ ਸਿੰਘ ਜੀ ਪਿੰਡ ਦੇ ਧੋਬੀ ਗੁਰਦੁਆਰਾ ਸਾਹਿਬ ਦੀ ਬਾਵਲੀ ਉਤੇ ਕੱਪੜੇ ਧੋ ਰਹੇ ਸਨ ਅਤੇ ਨਾਲ ਨਾਲ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ ਕੁਦਰਤੀ ਸੰਤ ਮਾਈ ਭਾਗ ਭਰੀ ਦੇ ਘਰੋਂ ਪੁਲਾਹੀਆਂ ਵੱਲ ਜਾ ਰਹੇ ਸਨ ਜਦ ਕੋਲੋਂ ਲੰਘੇ ਤਦ ਭਾਈ ਪ੍ਰੇਮ ਸਿੰਘ ਜੀ ਉਤੇ ਆਪ ਦੀ ਨਿਗਾਹ ਪੈ ਗਈ ਆਖਿਆ ਪ੍ਰੇਮੀਆਂ ਤੂੰ ਤਾਂ ਗੁਰਮੁਖ ਸਿੱਖ ਹੈਂ ਕਿਉਂ ਲੋਕਾਂ ਦੀ ਮੈਲਤ ਹੁੰਦਾ ਹੈ ਇਹ ਗੱਲ ਸੁਣ ਕੇ ਭਾਈ ਪ੍ਰੇਮ ਸਿੰਘ ਸੰਤ ਜੀ ਮਹਾਰਾਜ ਜੀ ਦੇ ਮਗਰ ਤੁਰ ਪਿਆ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਹਜੂਰ ਮੇਰੇ ਹੱਥ ਟੁੰਡੇ ਹਨ ਮੈਂ ਮਿਹਨਤ ਕਰਕੇ ਗੁਜ਼ਾਰਾ ਕਰਦਾ ਹਾਂ ਮੈਨੂੰ ਤਾਂ ਵੇਲੇ ਬੈਠੇ ਨੂੰ ਰੋਟੀ ਵੀ ਨਹੀਂ ਕੋਈ ਦਿਨ ਲੱਗਾ ਮਹਾਰਾਜ ਨੇ ਕਿਹਾ ਤੇਰੇ ਮਸਤਕ ਤੇ ਭਜਨ ਕਰਨਾ ਲਿਖਿਆ ਹੈ ਰੋਟੀਆਂ ਤੇਰੇ ਮਗਰ-ਮਗਰ ਫਿਰਨਗੀਆਂ ਸੰਤ ਜੀ ਮਹਾਰਾਜ ਦੀ ਇਹ ਅਸੀਸ ਸੁਣ ਕੇ ਭਾਈ ਪ੍ਰੇਮ ਸਿੰਘ ਜੀ ਦਾ ਹੌਸਲਾ ਵਧ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਇੱਕ ਦਿਨ ਦੀ ਮੌਹਲਤ ਦੇਵੋ ਕੱਲ ਸਵੇਰੇ ਹਜੂਰ ਨੂੰ ਉੱਤਰ ਦਿਆਂਗਾ ਦੂਸਰੇ ਦਿਨ ਭਾਈ ਪ੍ਰੇਮ ਸਿੰਘ ਆਇਆ ਹਜੂਰ ਮੇਰਾ ਮਨ ਆਪਦਾ ਹੁਕਮ ਮੰਨਣ ਲਈ ਤਿਆਰ ਹੋ ਗਿਆ ਹੈ ਮੈਨੂੰ ਆਗਿਆ ਦੇਵੋ ਜੋ ਮੈਂ ਕੱਪੜੇ ਸੁਕਾ ਕੇ ਪ੍ਰੇਮੀਆਂ ਦੇ ਘਰ ਦੇ ਆਵਾਂ ਫਿਰ ਹਾਜ਼ਰ ਹੋ ਜਾਵਾਂਗਾ ਮਹਾਰਾਜ ਨੇ ਕਿਹਾ ਕਿ ਚੰਗਾ ਦੇ ਆਓ ਕੱਪੜੇ ਪਿੰਡ ਵਿੱਚ ਦੇ ਕੇ ਸ਼ਾਮ ਨੂੰ ਭਾਈ ਪ੍ਰੇਮ ਸਿੰਘ ਆ ਹਾਜ਼ਰ ਹੋਇਆ ਆਪਣਾ ਘਰ ਵੇਚ ਕੇ ਗੁਰਦੁਆਰਾ ਸਾਹਿਬ ਵਿੱਚ ਇੱਕ ਚੁਬਾਰਾ ਬਣਵਾ ਦਿੱਤਾ ਤੇ ਭਾਂਡੇ ਗੁਰਦੁਆਰਾ ਸਾਹਿਬ ਵਿੱਚ ਦੇ ਦਿੱਤੇ ਚੰਗੇ ਕੱਪੜੇ ਵੇਚ ਕੇ ਗੁਰੂ ਦਾ ਲੰਗਰ ਕੀਤਾ ਤੇ ਪਾਟੇ ਕੱਪੜੇ ਫੂਕ ਦਿੱਤੇ ਹੁਣ ਪ੍ਰੇਮ ਸਿੰਘ ਦਿਨ ਰਾਤ ਭਜਨ ਵਿੱਚ ਲੱਗ ਪਿਆ ਅਤੇ ਸੰਤ ਜੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨਾਲ ਗਿਆਨੀ ਬਣ ਗਿਆ ਇੱਕ ਵਾਰੀ ਜਦ ਸੰਤ ਜੀ ਕਈ ਸਾਲ ਦੇ ਦੌਰੇ ਮਗਰੋਂ ਫੇਰ ਕਨੋਹੇ ਆਏ ਤਾਂ ਉਸ ਵਕਤ ਗਿਆਨੀ ਪ੍ਰੇਮ ਸਿੰਘ ਨਾਲ ਸਨ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਮਗਰੋਂ ਸੰਤ ਜੀ ਮਹਾਰਾਜ ਸੰਗਤ ਦੀ ਬੇਨਤੀ ਕਰਨ ਪਰ ਇੱਕ ਸ਼ਬਦ ਦਾ ਅਰਥ ਕਰ ਰਹੇ ਸਨ ਇਸ ਵਕਤ ਭਾਈ ਪ੍ਰੇਮ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਅਖੀਰੀ ਕੋਠੀ ਵਿੱਚ ਬੈਠੇ ਸਨ ਅੰਦਰੋਂ ਹੀ ਬੋਲ ਉઠੇ ਮਹਾਰਾਜੀ ਤੁਸੀਂ ਭੁੱਲਦੇ ਹੋ ਮਹਾਰਾਜ ਨੇ ਫਰਮਾਇਆ ਗੁਰੂ ਦੀ ਬਾਣੀ ਬਿਆਨਤ ਹੈ ਇਸ ਦਾ ਅਰਥ ਕੋਈ ਨਹੀਂ ਲਖ ਸਕਦਾ ਪਰ ਤੁਸੀਂ ਹੁਣ ਗਿਆਨੀ ਹੋ ਗਏ ਹੋ ਅਤੇ ਵਿਦਿਆ ਦਾ ਕੁਝ ਅਭਿਮਾਨ ਹੋ ਗਿਆ ਹੈ ਤੁਸੀਂ ਹੁਣ ਸਾਥੋਂ ਵੱਖਰੇ ਰਿਹਾ ਕਰੋ ਸੋ ਕੋਲੇ ਚੇਰ ਵਾਸਤੇ ਭਾਈ ਪ੍ਰੇਮ ਸਿੰਘ ਜੀ ਵੱਖਰੇ ਹੋ ਗਏ ਅਤੇ ਫੇਰ ਗੁਰਸਾਗਰ ਮਸਤੂਆਣੇ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਪਰ ਇਥੋਂ ਵੀ ਵਖ ਹੋ ਕੇ ਕਾਂਜਲੇ ਚਲੇ ਗਏ ਭਾਈ ਬਾਜ ਸਿੰਘ ਜੀ ਭਾਈ ਬਾਜ ਸਿੰਘ ਜੀ ਕੱਲਰ ਵਿੱਚ ਦੁਕਾਨ ਕਰਦੇ ਸਨ ਅਤੇ ਆਪਣੇ ਟੱਟੂ ਤੇ ਗੁਜਰਾਣ ਸੌਦਾ ਸੂਤ ਲੈਣ ਲਈ ਬਹੁਤ ਵਾਰੀ ਜਾਂਦੇ ਸਨ ਭਾਈ ਸਾਹਿਬ ਬਹੁਤ ਚਿਰ ਤੋਂ ਹੀ ਆਏ ਗਏ ਸਾਧੂਆਂ ਦੀ ਬੜੀ ਸੇਵਾ ਕਰਦੇ। ਜਦ ਤੀਸਰੇ ਤਾਪ ਮਗਰੋਂ ਸੰਤ ਜੀ ਮਹਾਰਾਜ ਦੀ ਸੋ ਸੁਣੀ ਤਾਂ ਆਪ ਦਰਸ਼ਨ ਵਾਸਤੇ ਆਉਣ ਲੱਗ ਪਏ। ਜਦ ਕਦੀ ਗੁਦਰਖਾਨ ਜਾਣ ਮਹਾਰਾਜੀ ਵਾਸਤੇ ਕੋਈ ਨਾ ਕੋਈ ਵਸਤੂ ਲੈ ਆਉਣ ਤੇ ਕਨੋਹੇ ਹਾਜ਼ਰੀ ਭਰ ਕੇ ਫੇਰ ਕੱਲਰ ਜਾਇਆ ਕਰਨ। ਇੱਕ ਦਿਨ ਭਾਈ ਬਾਜ ਸਿੰਘ ਜੀ ਗੁਦਰਖਾਨ ਤੋਂ ਆਏ ਟੱਟੂ ਹੱਥ ਵਿੱਚ ਫੜਿਆ ਹੋਇਆ ਸੀ। ਟੱਟੂ ਨੂੰ ਪੁਲਾਹੀਆਂ ਨਾਲ ਬੰਨ੍ਹ ਕੇ ਮਹਾਰਾਜ ਨੂੰ ਨਮਸਕਾਰ ਵੀ ਕੀਤੀ ਅਤੇ ਭੇਟਾ ਅੱਗੇ ਰੱਖੀ ਫੇਰ ਟੱਟੂ ਦਾ ਲਾਗਾ ਧੋਣ ਲੱਗ ਪਏ ਮਹਾਰਾਜ ਜੀ ਨੇ ਪੁੱਛਿਆ ਭਾਈ ਬਾਜ ਸਿੰਘ ਜੀ ਕੋਈ ਸਬੰਧੀ ਹੈਨ ਪਾਈ ਬਾਜ ਸਿੰਘ ਜੀ ਨੇ ਉੱਤਰ ਦਿੱਤਾ ਮਹਾਰਾਜ ਜੀ ਕੋਈ ਨਹੀਂ ਇਹ ਸੁਣ ਕੇ ਆਪਨੇ ਫਰਮਾਇਆ ਫਿਰ ਕਿਉਂ ਟੰਟੇ ਕਰਦੇ ਹੋ ਅਤੇ ਟੱਟੂ ਦਾ ਲਾਗਾ ਧੋਂਦੇ ਹੋ ਤੁਹਾਡੇ ਮਸਤਕ ਤੇ ਬੜਾ ਭਜਨ ਤੇ ਫਕੀਰੀ ਹੈ ਤੁਸੀਂ अनेका ਜੀਵਾਂ ਦਾ ਭਲਾ ਕਰਨਾ ਹੈ ਦੁਨੀਆ ਤੁਹਾਡੀ ਨਮਸਕਾਰੀ ਹੋਵੇਗੀ ਪਾਈ ਬਾਜ ਸਿੰਘ ਜੀ ਨੇ ਉਸੇ ਘੜੀ ਬਚਨ ਮੰਨ ਲਿਆ ਕੱਲਰ ਜਾ ਕੇ ਟੱਟੂ ਛੱਡ ਦਿੱਤਾ ਦੁਕਾਨ ਲੁੱਟਾ ਦਿੱਤੀ ਅਤੇ ਸੰਤ ਜੀ ਮਹਾਰਾਜ ਪਾਸ ਆ ਗਏ ਸੰਤ ਜੀ ਨੇ ਬੜਾ ਪ੍ਰੇਮ ਕੀਤਾ 2-3 ਦਿਨ ਆਪਣੇ ਪਾਸ ਰੱਖਿਆ ਤੇ ਫਿਰ ਹੁਕਮ ਦਿੱਤਾ ਕਿ ਅਸੀਂ ਤੁਹਾਨੂੰ ਨਾਲ ਨਹੀਂ ਰੱਖਣਾ ਤੁਸੀਂ ਕਿਧਰੇ ਹੋਰ ਜਾ ਕੇ ਸਿਮਰਨ ਕਰੋ ਭਾਈ ਬਾਜ ਸਿੰਘ ਹੁਕਮ ਮੰਨ ਕੇ ਥੋਹੇ ਖਾਲਸੇ ਠਾਕੁਰ ਨਿਹਾਲ ਸਿੰਘ ਜੀ ਪਾਸ ਚਲੇ ਗਏ ਅਤੇ ਕਰਤਾਰ ਦੀ ਯਾਦ ਵਿੱਚ ਲੱਗ ਪਏ ਕੁਝ ਚਿਰ ਮਗਰੋਂ ਸੰਗਤਾਂ ਵਿੱਚ ਕੀਰਤਨ ਆਰੰਭ ਕਰ ਦਿੱਤਾ ਤੇ ਧਨੀ ਪੋਠੋਹਾਰ ਦੇ ਇੱਕ ਬੜੇ ਪ੍ਰਸਿੱਧ ਸੰਤ ਹੋਏ ਬੜੀ ਉੱਚੀ ਸੁਰ ਵਿੱਚ ਢੋਲ ਦੀ ਛੈਣਿਆਂ ਦੀ ਗੂੰਜ ਨਾਲ ਕੀਰਤਨ ਕਰਦੇ ਅਤੇ ਕਈ ਵਾਰੀ ਮੌਜ ਵਿੱਚ ਆ ਕੇ ਤੂਤੀਆਂ ਅਤੇ ਢੋਲ ਵਜਵਾ ਕੇ ਸ਼ਬਦ ਪੜਦੇ। ਭਾਈ ਕਲਿਆਣ ਸਿੰਘ ਜੀ ਪਹਿਲਾਂ ਇਹਨਾਂ ਦਾ ਨਾਮ ਕਲਿਆਣ ਦਾਸ ਸੀ। ਕੱਲਰ ਰਹਿੰਦੇ ਅਤੇ ਬਾਜ਼ਾਰੀ ਦੀ ਦੁਕਾਨ ਕਰਦੇ ਸਨ। ਸੰਤ ਸਾਧੂ ਦੇ ਖੋਜੀ ਸਨ। ਸੰਤ ਜੀ ਮਹਾਰਾਜ ਦੀ ਤਿੱਖਿਆ ਸੁਣ ਕੇ ਇੱਕ ਦਿਨ ਕਨੋਹੇ ਦਰਸ਼ਨ ਕਰਨ ਲਈ ਆਏ। ਮਨ ਵਿੱਚ ਖਿਆਲ ਸੀ ਕਿ ਕੋਈ ਮਨ ਦੀਆਂ ਵਾਂਗਾਂ ਮੋੜਨ ਵਾਲਾ ਮਿਲ ਜਾਵੇ ਜਦ ਭਾਈ ਕਲਿਆਣ ਦਾਸ ਜੀ ਨੇ ਦੂਰੋਂ ਹੀ ਸੰਤ ਜੀ ਮਹਾਰਾਜ ਨੂੰ ਨਮਸਕਾਰ ਕਰਨ ਲਈ ਜੋੜਾ ਲਾਹਿਆ ਤਦ ਸੰਤ ਜੀ ਮਹਾਰਾਜ ਨੇ ਆਖਿਆ ਆਓ ਭਾਈ ਕਲਿਆਣ ਸਿੰਘ ਜੀ ਅਸੀਂ ਤੁਹਾਨੂੰ ਚਿਰ ਦੇ ਉਡੀਕ ਰਹੇ ਸੀ ਭਾਈ ਕਲਿਆਣ ਦਾਸ ਜੀ ਨੇ ਅੱਗੇ ਸੰਤ ਜੀ ਦੇ ਦਰਸ਼ਨ ਕਦੀ ਵੀ ਨਹੀਂ ਸੀ ਕੀਤੇ ਇਨਾਂ ਦੇ ਮੁਖਾਰ ਬਿੰਦ ਤੋਂ ਆਪਣਾ ਨਾਮ ਸੁਣ ਕੇ ਨਿਸ਼ਾ ਹੋ ਗਈ ਕਿ ਇਹ ਕੋਈ ਪੂਰਨ ਅੰਤਰਜਾਮੀ ਸਾਧੂ ਹਨ ਚਰਨੇ ਤੇ ਟਹਿ ਪਿਆ ਮਹਾਰਾਜ ਨੇ ਆਦਰ ਨਾਲ ਉਠਾਇਆ ਤੇ ਕਿਹਾ ਕੋਈ ਸ਼ਬਦ ਸੁਣਾਓ ਭਾਈ ਕਲਿਆਣ ਦਾਸ ਨੂੰ ਇਸ ਸਮੇਂ ਸ਼ਬਦ ਦਾ ਕੋਈ ਵੀ ਕੰਠ ਨਹੀਂ ਸੀ ਬੜੀ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਪੰਚਮ ਸੁਰ ਵਿੱਚ ਇਹ ਬੇਸ਼ਣ ਪਦਾ ਪੜ੍ਹ ਕੇ ਸੁਣਾਇਆ ਜਿਸ ਦਾ ਅੰਤਰਾ ਇਹ ਸੀ ਕੋਈ ਮੋੜੇ ਮਨ ਦੀਆਂ ਵਾਂਗਾਂ ਨੂੰ ਕੋਈ ਮੋੜੇ ਮਨ ਦੀਆਂ ਵਾਂਗਾਂ ਨੂੰ ਸੰਤ ਜੀ ਮਹਾਰਾਜ ਬੜੇ ਪ੍ਰੇਮ ਵਿੱਚ ਬਿਸ਼ਨ ਪਦਾ ਸੁਣਦੇ ਰਹੇ ਜਦ ਭਾਈ ਕਲਿਆਣ ਦਾਸ ਨੇ ਭੋਗ ਪਾਇਆ ਤਦ ਸੰਤ ਜੀ ਨੇ ਬੜੀ ਉੱਚੀ ਸੁਰ ਵਿੱਚ ਪੜਿਆ ਕੋਈ ਵਿਰਲਾ ਮੋੜਨ ਹਾਰਾ ਮਨ ਦੀਆਂ ਵਾਂਗਾਂ ਨੂੰ ਕੋਈ ਵਿਰਲਾ ਮੋੜ ਨਹਾਰਾ ਮਨ ਦੀਆਂ ਵਾਂਗਾਂ ਨੂੰ ਭਾਈ ਕਲਿਆਣ ਦਾਸ ਦੇ ਹਿਰਦੇ ਵਿੱਚ ਇਹ ਤੋਕ ਤੀਰ ਦਾ ਕੰਮ ਕਰ ਗਈ ਅਤੇ ਮਨ ਵਿਰਾਗ ਵਿੱਚ ਭਜ ਗਿਆ ਕੱਲਰ ਜਾ ਕੇ ਦੁਕਾਨ ਦੀਆਂ ਕੁੰਜੀਆਂ ਸੁੱਟ ਆਏ ਤੇ ਸੰਤ ਜੀ ਮਹਾਰਾਜ ਪਾਸੋਂ ਅਮਰਤ ਛਕ ਕੇ ਬਾਈ ਕਲਿਆਣ ਸਿੰਘ ਜੀ ਹੋਏ ਅਤੇ ਸੰਮਤ 1979 ਬਿਕਰਮੀ ਸਾਲ 1922 ਈਸਵੀ ਤੀਕਰ ਸੰਤ ਜੀ ਮਹਾਰਾਜ ਨਾਲ ਕੀਰਤਨ ਵਿੱਚ ਹਾਜ਼ਰ ਰਹੇ ਭਾਈ ਬੂਟਾ ਸਿੰਘ ਜੀ ਭਾਈ ਬੂਟਾ ਸਿੰਘ ਜੀ ਰਾਗੀ ਨਿੱਕੀ ਉਮਰ ਤੋਂ ਹੀ ਗੁਰਬਾਣੀ ਅਤੇ ਕੀਰਤਨ ਦੇ ਆਸ਼ਿਕ ਸਨ ਇਹਨਾਂ ਦਾ ਪਿੰਡ ਦੁਪੇਰਨ ਸੀ ਅਤੇ ਨਾਰਾਇਣ ਸਿੰਘ ਜੀ ਰਾਗੀ ਨਾਲ ਕੀਰਤਨ ਕਰਦੇ ਹੁੰਦੇ ਸਨ ਇੱਕ ਦੋ ਵਾਰੀ ਅੱਗੇ ਵੀ ਸੰਤ ਜੀ ਮਹਾਰਾਜ ਦੇ ਦਰਸ਼ਨ ਕੀਤੇ ਹੋਏ ਸਨ ਜਦ ਇਹਨਾਂ ਦੀ ਉਮਰ 22 ਸਾਲ ਦੀ ਸੀ ਇਹ ਅਮਰਤ ਵੇਲੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਮਾਈ ਭਾਗ ਭਰੀ ਦੇ ਘਰ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਆਏ ਇਹਨਾਂ ਦੇ ਹੱਥ ਤੇ ਗਾਨਾ ਵੱਧਾ ਹੋਇਆ ਸੀ ਇਹਨਾਂ ਦਾ ਵਿਆਹ ਸੋਧਿਆ ਹੋਇਆ ਸੀ ਆਉਂਦਿਆਂ ਹੀ ਬੇਨਤੀ ਕੀਤੀ ਮਹਾਰਾਜ ਜੀ ਮੇਰੇ ਗਲ ਬਲਾ ਪੈਣ ਲੱਗੀ ਹੈ ਮੇਰੀ ਮਾਂ ਬੜਾ ਜ਼ੋਰ ਦੇ ਕੇ ਮੇਰਾ ਵਿਆਹ ਕਰਵਾਉਂਦੀ ਹੈ ਪਰ ਮੇਰਾ ਚਿੱਤ ਨਹੀਂ ਮੰਨਦਾ। ਸੰਤ ਜੀ ਮਹਾਰਾਜ ਨੇ ਫਰਮਾਇਆ ਤਕੜਾ ਹੋ ਬੰਦਨਾ ਵਿੱਚ ਨਾ ਪੈ ਇਹ ਸੁਣ ਕੇ ਭਾਈ ਬੂਟਾ ਸਿੰਘ ਜੀ ਨੇ ਗਾਨਾ ਤੋੜ ਦਿੱਤਾ ਤੇ ਮੱਥਾ ਟੇਕ ਕੇ ਚਲੇ ਗਏ। ਜਦ ਇਹ ਬਾਹਰ ਨਿਕਲੇ ਤਦ ਮਾਈ ਭਾਗ ਭਰੀ ਨੇ ਜੋ ਕੇ ਇਹਨਾਂ ਦੇ ਬਚਨ ਸੁਣ ਰਹੀ ਸੀ ਮਹਾਰਾਜ ਜੀ ਨੂੰ ਪੁੱਛਿਆ ਹਜ਼ੂਰ ਕੀ ਇਸ ਤੇ ਕੋਈ ਮੁਕੱਦਮਾ ਬਣ ਗਿਆ ਹੈ ਸੰਤ ਜੀ ਮਹਾਰਾਜ ਬੜਾ ਹੱਸੇ ਅਤੇ ਉੱਤਰ ਦਿੱਤਾ ਨਹੀਂ ਇਸ ਦੇ ਭਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਅਤੇ ਬੰਦਗੀ ਹੈ ਵਿਆਹ ਦਾ ਬੰਦਨ ਪਹਿਣਾ ਸੀ ਸੋ ਇਹ ਗਾਨਾ ਤੋੜ ਕੇ ਚਲਾ ਗਿਆ ਹੈ ਬਾਬਾ ਖੇਮ ਸਿੰਘ ਜੀ ਦਾ ਪਹਿਲਾ ਮਿਲਾਪ ਇੱਕ ਦਿਨ ਬਾਬਾ ਖੇਮ ਸਿੰਘ ਜੀ ਆਪਣੇ ਦੌਰੇ ਵਿੱਚ ਕਨੋਹੇ ਆਏ ਥੋੜਾ ਦਿਨ ਚੜ੍ਹੇ ਆਪਣੇ ਨਿਤਨੇਮ ਅਨੁਸਾਰ ਸ਼িকার ਲਈ ਪੁਲਾਹੀਆਂ ਦੀ ਝੰਗੀ ਵਿੱਚੋਂ ਲੰਘੇ ਇਸ ਵਕਤ ਸੰਤ ਜੀ ਭੂਰੀ ਲਈ ਆਪਣੀ ਮੌਜ ਵਿੱਚ ਲੇਟੇ ਪਏ ਸਨ ਚਰਨ ਦੋਵੇਂ ਨੰਗੇ ਸਨ ਬਾਬਾ ਖੇਮਨ ਸਿੰਘ ਜੀ ਸੰਤਾਂ ਸਾਧੂਆਂ ਦੇ ਬੜੇ ਮਿਲਾਪੀ ਸਨ ਬੰਦਗੀ ਵਾਲੇ ਅਤੇ ਸਤਸੰਗੀ ਹੋਣ ਕਰਕੇ ਆਪਣੇ ਰੰਗ ਵਿੱਚ ਮਸਤ ਸਾਧੂ ਨੂੰ ਬਾਬਾ ਜੀ ਨੇ ਜਗਾਉਣਾ ਵਾਜਿਬ ਨਾ ਸਮਝਿਆ ਥੋੜਾ ਚਿਰ ਬੈਠ ਕੇ ਚਲੇ ਗਏ ਪਰ ਕੁਦਰਤੀ ਬਾਬਾ ਜੀ ਦੀ ਨਿਗਾਹ ਸੰਤਾਂ ਦੇ ਚਰਨਾਂ ਤੇ ਪੈ ਗਈ ਸਾਧੂ ਦੇ ਦੋਹਾਂ ਪੈਰਾਂ ਤੇ ਪਦਮ ਰੇਖਾ ਨਜ਼ਰ ਆਈ ਜਦ ਬਾਬਾ ਜੀ ਨਗਰ ਵਿੱਚ ਆਏ ਤਾਂ ਆਪਣੇ ਸਿੱਖਾਂ ਸੇਵਕਾਂ ਨੂੰ ਪੁੱਛਿਆ ਤੁਹਾਡੀ ਝੰਗੀ ਵਿੱਚ ਇਹ ਕਿਹੜਾ ਸਾਧੂ ਹੈ ਇਸ ਨੇ ਤਾਂ ਚੱਕਰਵਰਤੀ ਰਾਜਾ ਬਨਣਾ ਸੀ ਇਹ ਭੂਰੀ ਲਈ ਕਿੱਥੇ ਇਸ ਤਰ੍ਹਾਂ ਪਿਆ ਹੈ ਪ੍ਰੇਮੀਆਂ ਨੇ ਸੰਤ ਜੀ ਮਹਾਰਾਜ ਦੇ ਕਨੋਹੀ ਆਉਣ ਅਤੇ ਪੁਲਾਹੀਆਂ ਵਿੱਚ ਤੈਨ ਕਠਨ ਤਾਪ ਕਰਨ ਦੀ ਵਿਚਿਆ ਆਖ ਸੁਣਾਈ। ਹੁਣ ਬਾਬਾ ਜੀ ਦੇ ਹਿਰਦੇ ਵਿੱਚ ਸੰਤ ਜੀ ਮਹਾਰਾਜ ਦੇ ਮਿਲਾਪ ਦੀ ਖੇਚ ਹੋਰ ਵੱਧ ਗਈ। ਇਸ ਦਿਨ ਪ੍ਰਸ਼ਾਦਾ ਕੁਦਰਤੀ ਭਾਈ ਵਜੀਰ ਸਿੰਘ ਦੇ ਘਰ ਸੀ। ਬਾਬਾ ਜੀ ਨੇ ਬੱਕਰਾ ਟਟਕਾਉਣਾ ਬੰਦ ਕਰ ਦਿੱਤਾ ਅਤੇ ਭਾਈ ਵਜੀਰ ਸਿੰਘ ਜੀ ਨੂੰ ਕਿਹਾ ਕਿ ਪ੍ਰਸ਼ਾਦ ਵੇਲੇ ਸੰਤ ਜੀ ਮਹਾਰਾਜ ਨੂੰ ਪੰਗਤ ਵਿੱਚ ਦਰਸ਼ਨ ਦੇਣ ਲਈ ਬੇਨਤੀ ਕਰਨਾ ਜਦ ਪ੍ਰਸ਼ਾਦਾ ਤਿਆਰ ਹੋ ਗਿਆ ਤਾਂ ਬਾਬਾ ਜੀ ਆਪਣੇ ਸੇਵਕਾਂ ਸਮੇਤ ਆਏ ਅਤੇ ਸੰਤ ਜੀ ਮਹਾਰਾਜ ਵੀ ਪੁਲਾਹੀਆਂ ਵਿੱਚੋਂ ਆ ਗਏ ਬਾਬਾ ਜੀ ਨੇ ਸੰਤ ਜੀ ਨੂੰ ਆਪਣੇ ਪਾਸ ਬਿਠਾ ਲਿਆ ਹੁਣ ਪ੍ਰਸ਼ਾਦ ਵਰਤਨਾ ਸ਼ੁਰੂ ਹੋ ਗਿਆ ਜਦ ਪ੍ਰਸ਼ਾਦ ਵਰਤ ਚੁੱਕਾ ਤਾਦ ਸੰਤ ਜੀ ਨੇ ਬਾਬਾ ਜੀ ਨੂੰ ਕਿਹਾ ਤੂੰ ਸਾਜ ਨਿਤ ਦਾ ਭੋਜਨ ਕਿਉਂ ਬੰਦ ਕਰ ਦਿੱਤਾ ਬਾਬਾ ਜੀ ਨੇ ਪ੍ਰੇਮ ਨਾਲ ਜਵਾਬ ਦਿੱਤਾ ਕਿ ਤੁਹਾਡੇ ਨਾਲ ਪੰਗਤ ਵਿੱਚ ਬੈਠਿਆ ਇਹ ਗੱਲ ਸੋਭਾ ਨਹੀਂ ਪਾਉਂਦੀ ਸੀ ਬਾਬਾ ਖੇਮਨ ਸਿੰਘ ਜੀ ਜਿੰਨਾ ਚਿਰ ਇਸ ਦੌਰੇ ਵਿੱਚ ਕਨੋਹੇ ਰਹੇ ਸਭ ਦੇ ਘਰ ਬੱਕਰਾ ਟਟਕਾਉਣਾ ਬੰਦ ਕਰ ਦਿੱਤਾ ਹਰ ਰੋਜ਼ ਸੰਤ ਜੀ ਮਹਾਰਾਜ ਨੂੰ ਪੁਲਾਹੀਆਂ ਵਿੱਚੋਂ ਸਦਵਾ ਲੈਂਦੇ ਅਤੇ ਪੰਗਤ ਵਿੱਚ ਨਾਲ ਬੈਠ ਕੇ ਪ੍ਰਸ਼ਾਦਾ ਛਕਦੇ। ਕੌੜਾ ਪਾਣੀ ਮਿੱਠਾ ਹੋ ਗਿਆ। ਭਾਈ ਵਜੀਰ ਸਿੰਘ ਜੀ ਦੇ ਘਰ ਦੇ ਬੂਹੇ ਅੱਗੇ ਇੱਕ ਕੱਚੀ ਖੂਹੀ ਸੀ। ਸੰਤ ਜੀ ਮਹਾਰਾਜ ਇਹਨਾਂ ਨੂੰ ਆਖਦੇ ਕਿ ਖੂਹ ਪੱਕਾ ਕਰਾ ਲਵੋ। ਅੱਗੋਂ ਮਾਈ ਭਾਗ ਭਰੀ ਤੇ ਉਸ ਦਾ ਪਤੀ ਜਵਾਬ ਦਿੰਦੇ ਕਿ ਹਜ਼ੂਰ ਖੂਹੀ ਦਾ ਪਾਣੀ ਕੌੜਾ ਹੈ। ਇੱਕ ਦਿਨ ਸੰਤ ਜੀ ਮਹਾਰਾਜ ਨੇ ਪਾਣੀ ਦੀ ਚੂਲੀ ਭਰ ਕੇ ਖੂਹੀ ਵਿੱਚ ਸੁੱਟ ਦਿੱਤੀ ਅਤੇ ਆਖਿਆ ਖੂਬ ਬਣਾਵੋ ਪਾਣੀ ਮਿੱਠਾ ਹੈ ਸੁਭਾਗ ਜੋੜੀ ਨੇ ਸਤਿ ਵਚਨ ਕਹਿ ਕੇ ਮਜ਼ਦੂਰ ਲਾ ਦਿੱਤੇ 4-5 ਗੱਜ ਤੇ ਬੜਾ ਸੁੰਦਰ ਮਿੱਠਾ ਪਾਣੀ ਨਿਕਲਿਆ ਫੇਰ ਉਹ ਸਾਰੀ ਲਾ ਕੇ ਪੱਕਾ ਖੂਹ ਤਿਆਰ ਹੋਇਆ ਹੁਣ ਤੀਕਰੇ ਖੂਹ ਭਾਈ ਵਜੀਰ ਸਿੰਘ ਦੇ ਘਰ ਦੇ ਬੂਹੀ ਅੱਗੇ ਮੌਜੂਦ ਹੈ ਪਿੰਡ ਵੱਲੋਂ ਜਾਂਦਿਆਂ ਹੋਇਆਂ ਦੋ ਫਰਲਾਂਗ ਤੇ ਵੱਡੇ ਕਸ ਦੀ ਬਾਹੀ ਤੇ ਸੰਤ ਜੀ ਮਹਾਰਾਜ ਨੇ ਪਹਾੜੀ ਵਿੱਚ ਆਪਣੀ ਹੱਥੀ ਇੱਕ ਛੋਟੀ ਜਿਹੀ ਗੁਫਾ ਬਣਾਈ ਸੀ ਇਸ ਵਿੱਚ ਕਈ ਵਾਰੀ ਅਸ਼ੋਪ ਹੀ ਚਲੇ ਜਾਂਦੇ ਤੇ ਕਰਤਾਰ ਦੀ ਯਾਦ ਵਿੱਚ ਮਸਤ ਰਹਿੰਦੇ ਇਸ ਗੁਫਾ ਤੋਂ 2-300 ਗਾਜ ਤੇ ਪਿੰਡ ਵਾਲੇ ਪਾਸੇ ਸੰਤ ਜੀ ਮਹਾਰਾਜ ਨੇ ਇੱਕ ਬਾਵਲੀ ਵੀ ਆਪਣੇ ਹੱਥੀ ਤਿਆ ਇਸ਼ਨਾਨ ਕਰਨ ਵਾਸਤੇ ਬਣਾਈ ਜੋ ਹੁਣ ਤੀਕਰ ਮੌਜੂਦ ਹੈ ਇੱਕ ਦਿਨ ਸੰਤ ਜੀ ਮਹਾਰਾਜ ਪਿਛਲੇ ਪਹਿਰ 1 2 ਵਜੇ ਦੇ ਕਰੀਬ ਪੁਲਹਾਈਆਂ ਵਿੱਚ ਉੱਠ ਕੇ ਮਾਈ ਭਾਗ ਭਰੀ ਦੇ ਘਰ ਆਏ ਜੇਠ ਹੜ ਦੇ ਦਿਨ ਸਨ ਮਾਈ ਨੇ ਪੁੱਛਿਆ ਮਹਾਰਾਜ ਇਸ ਵੇਲੇ ਧੁੱਪ ਵਿੱਚ ਕਿਸ ਤਰ੍ਹਾਂ ਏ ਸੰਤ ਜੀ ਮਹਾਰਾਜ ਨੇ ਕਿਹਾ ਕਿ ਗੁਰੂ ਕੀ ਸੰਗਤ ਆਈ ਹੈ ਪ੍ਰਸ਼ਾਦਾ ਤਿਆਰ ਕਰੋ ਮਾਈ ਨੇ ਆਖਿਆ ਜੀ ਸਦਕੇ ਚੌਂਕੇ ਵਿੱਚੋਂ ਮਾਈ ਨੇ ਕੁਝ ਆਟਾ ਚੁੱਕਿਆ ਹੋਇਆ ਸੀ ਪੁੱਛਿਆ ਮਹਾਰਾਜ ਐਨਾ ਕੁ ਆਟਾ ਹੈ ਹੁਕਮ ਦੇਵਾਂ ਤਾਂ ਹੋਰ ਗੁਣ ਲਵਾਂ ਆਪ ਜੀ ਨੇ ਫਰਮਾਇਆ ਇਹੋ ਹੀ ਪੂਰਾ ਹੋ ਜਾਵੇਗਾ ਮਾਈ ਨੇ ਤੰਦੂਰ ਤਾਇਆ ਤੇ ਕੁਝ ਕੁ ਆਟਾ ਵੀ ਗੁਣ ਲਿਆ ਤੰਦੂਰ ਦਾ ਧੂਆਂ ਸੰਤ ਜੀ ਮਹਾਰਾਜ ਵੱਲ ਜਾਂਦਾ ਸੀ ਮਾਈ ਨੇ ਕਿਹਾ ਕਿ ਹਜੂਰ ਤੰਦੂਰ ਦਾ ਧੂਆਂ ਤਾਂ ਲੱਗਦਾ ਹੈ ਆਪਨੇ ਆਖਿਆ ਕੋਈ ਡਰ ਨਹੀਂ ਇੱਕ ਵਾਰੀ ਧੂਆ ਲਗਣਾ ਹੀ ਹੈ ਪ੍ਰਸ਼ਾਦੇ ਲਾ ਕੇ ਅੰਦਰ ਲਿਆਂਦੇ ਅਤੇ ਫਿਰ ਬਾਹਰ ਤੰਦੂਰ ਵੱਲ ਗਈ ਕੀ ਵੇਖਦੀ ਹੈ ਕਿ ਤੰਦੂਰ ਬਿਲਕੁਲ ਠੰਡਾ ਹੋ ਗਿਆ ਹੈ ਸੰਤ ਜੀ ਮਹਾਰਾਜ ਹੱਸ ਕੇ ਬੋਲੇ ਘਬਰਾਓ ਨਹੀਂ ਪੰਗਤ ਲਾ ਕੇ ਪ੍ਰਸ਼ਾਦੇ ਵਰਤਾਵੋ ਇਹ ਪ੍ਰਸ਼ਾਦੇ ਪੂਰੇ ਹੋ ਜਾਣਗੇ ਸੰਗਤ ਨੂੰ ਸੱਦਿਆ ਪੰਗਤ ਲਗਾਈ ਅਤੇ ਸੰਤ ਜੀ ਮਹਾਰਾਜ ਦੇ ਬਚਨ ਦੀ ਬਰਕਤ ਨਾਲ ਸਾਠ ਕੋ ਸਰੀਰ ਪ੍ਰਸੰਨ ਹੋ ਕੇ ਉઠੇ ਤੰਦੂਰ ਦਾ ਵੀ ਇੱਕੋ ਹੀ ਪੂਰ ਲੱਗਾ ਅਤੇ ਜਿਹੜਾ ਆਟਾ ਨਵਾਂ ਗੁੰਨਿਆ ਸੀ ਉਹ ਵੀ ਵੱਧ ਰਿਹਾ ਇੱਕ ਦਿਨ ਸਰਦਾਰ ਮੋਹਨ ਸਿੰਘ ਚੂਨੇ ਵਾਲੇ ਦੇ ਪੁੱਤਰ ਤੇਜਾ ਸਿੰਘ ਦਾ ਵਿਆਹ ਸੀ ਉਸ ਦੀ ਬਰਾਤ ਜਾਣੀ ਸੀ ਵਿਆਹ ਦੀ ਖੁਸ਼ੀ ਵਿੱਚ ਬਹੁਤ ਸਾਰੇ ਮੁਸਲਮਾਨ ਡੰਡੇ ਲੈ ਕੇ ਆ ਗਏ ਅਤੇ ਬੜਾ ਕੜਮਾਸਾ ਣ ਮਚਾਇਆ ਮਾਈ ਭਾਗ ਭਰੀ ਵਿਆਹ ਵਾਲੇ ਘਰ ਤੋਂ ਛੇਤੀ ਆਪਣੇ ਘਰ ਮੁੜ ਆਈ ਕਿਉਂ ਜੋ ਇਹ ਸੰਤ ਜੀ ਦਾ ਪੁਲਾਹਿਆ ਤਵਾਉਣ ਦਾ ਵੇਲਾ ਸੀ ਕਿਦਰੇ ਰੌਲਾ ਸੁਣ ਕੇ ਗੁੱਸੇ ਨਾ ਹੋ ਜਾਣ ਅਜੇ ਮਾਈ ਘਰ ਬੜੀ ਹੀ ਸੀ ਕਿ ਸੰਤ ਜੀ ਮਹਾਰਾਜ ਘਰ ਆ ਗਏ ਰੌਲਾ ਸੁਣ ਕੇ ਆਪਨੇ ਪੁੱਛਿਆ ਕਿ ਇਹ ਕੀ ਗੱਲ ਹੈ ਮੁਸਲਮਾਨ ਇੰਨਾ ਰੌਲਾ ਕਿਉਂ ਪਾਉਂਦੇ ਹਨ ਮਾਈ ਭਾਗ ਭਰੀ ਨੇ ਕਿਹਾ ਹਜ਼ੂਰ ਰੌਲਾ ਕੋਈ ਨਹੀਂ ਇੱਕ ਮਾਈ ਨੇ ਕੋਲੋਂ ਮਿਹਣਾ ਮਾਰਿਆ ਦੂਸਰੇ ਦਿਨ ਸੰਤ ਜੀ ਮਹਾਰਾਜ ਚਲੇ ਗਏ ਭਾਈ ਵਜੀਰ ਸਿੰਘ ਜੀ ਤੇ ਮਾਈ ਭਾਗ ਭਰੀ ਨੇ ਬੜੀ ਢੂੰਡ ਪਾਲ ਕੀਤੀ ਪਤਾ ਲੱਗਾ ਕਿ ਕਲਰ ਦੇ ਥਾਣੇ ਦੇ ਪਾਸ ਲੂਣੀ ਨਾਲੇ ਦੀ ਰੇਤ ਵਿੱਚ ਬੈਠੇ ਹਨ ਦੋਵੇਂ ਜੀ ਉਥੇ ਗਏ ਅਤੇ ਸੰਤ ਜੀ ਨੂੰ ਬੇਨਤੀ ਕਰਕੇ ਵਾਪਸ ਲੈ ਆਏ ਤੀਸਰੇ ਤਾਬ ਤੋਂ 2 ਕੁ ਮਹੀਨੇ ਪਿੱਛੋਂ ਗੁਜਰਖਾਨ ਦਾ ਭਾਈ ਬੀਸ਼ਨ ਸਿੰਘ ਅਤੇ ਹੋਰ ਸੰਗਤ ਸੰਤ ਜੀ ਮਹਾਰਾਜ ਨੂੰ ਗੁਜਰਖਾਨ ਲੈ ਗਏ। ਹੀਰਾ ਸਿੰਘ ਮਾਈ ਭਾਗ ਭਰੀ ਦਾ ਭਜੰਗੀ ਜੋ ਇਸ ਵਕਤ 9 ਸਾਲ ਦਾ ਸੀ ਸੰਤ ਜੀ ਨਾਲ ਬਹੁਤ ਪ੍ਰੇਮ ਰੱਖਦਾ ਸੀ। ਹਰ ਵਕਤ ਸੰਤ ਜੀ ਨਾਲ ਰਹਿੰਦਾ ਨਾਲ ਹੀ ਸ਼ਬਦ ਪੜਦਾ ਅਤੇ ਪ੍ਰਸ਼ਾਦਾ ਵੀ ਨਾਲ ਹੀ ਛਕਦਾ। ਇਹ ਬੜਾ ਉਦਾਸ ਹੋ ਗਿਆ। ਮਾਈ ਅਤੇ ਭਾਈ ਵਜੀਰ ਸਿੰਘ ਦਾ ਚਿੱਤ ਵੀ ਨਾ ਲੱਗੇ। 7-8 ਦਿਨ ਮਗਰੋ ਗੁਜਰਖਾਨ ਗਏ ਅਤੇ ਸੰਤ ਜੀ ਮਹਾਰਾਜ ਅੱਗੇ ਬੇਨਤੀ ਕਰਕੇ ਉਹਨਾਂ ਨੂੰ ਕਨੋਹੇ ਲੈ ਆਏ। ਇਸ ਤੋਂ ਤੀਸਰੇ ਦਿਨ ਮਗਰੋ ਦਾਦ ਸੰਤ ਜੀ ਪ੍ਰਸ਼ਾਦਾ ਛਕਣ ਲਈ ਮਾਈ ਦੇ ਘਰ ਆਏ। ਮਾਈ ਦਾ ਛੋਟਾ ਲੜਕਾ ਬਿਆਨਤ ਸਿੰਘ ਜੋ 3 ਸਾਲ ਦਾ ਸੀ ਬਹੁਤ ਬਿਮਾਰ ਸੀ। ਜਦ ਸੰਤ ਜੀ ਮਹਾਰਾਜ ਨੇ ਪ੍ਰਸ਼ਾਦਾ ਛਕਣ ਲਈ ਰਸੋਈ ਅੰਦਰ ਚਰਨ ਪਾਏ ਤਦ ਭੁਜੰਗੀ ਦੇ ਸਵਾਸ ਮਾਈ ਦੀ ਝੋਲੀ ਵਿੱਚ ਹੀ ਨਿਕਲ ਗਏ। ਮਾਈ ਨੇ ਝੋਲੀ ਕੁੱਟ ਲਈ ਤੇ ਲੜਕੇ ਦੇ ਚਲਾਣੇ ਦੀ ਜਰਾ ਵੀ ਉੱਗ ਸੁਗ ਨਾ ਕੱਢੀ ਮਾਈ ਦੀ ਨਾਨ ਮੱਖਣੀ ਰੋਟੀ ਪਕਾ ਰਹੀ ਸੀ ਇਸ ਨੇ ਸੰਤ ਜੀ ਮਹਾਰਾਜ ਅਤੇ ਭਾਈ ਵਜੀਰ ਸਿੰਘ ਨੂੰ ਕੱਪੜਾ ਵਿਛਾ ਦਿੱਤਾ ਤੇ ਮਾਈ ਭਾਗ ਭਰੀ ਨੂੰ ਪ੍ਰਸ਼ਾਦਾ ਵਰਤੌਣ ਲਈ ਕਿਹਾ ਮਾਈ ਨੇ ਕਿਹਾ ਤੂੰ ਹੀ ਛਕਾ ਦੇ ਕਾਕਾ ਬਿਮਾਰ ਹੈ ਜਦ ਸੰਤ ਜੀ ਨੇ ਪ੍ਰਸ਼ਾਦਾ ਛਕ ਲਿਆ ਤਦ ਮਾਈ ਨੂੰ ਪੁੱਛਿਆ ਮਾਈ ਜੀ ਕਾਕੇ ਦਾ ਕੀ ਹਾਲ ਹੈ ਮਾਈ ਨੇ ਕਿਹਾ ਮਹਾਰਾਜ ਤੂਸੀ ਦਾ ਜਾਨੀ ਜਾਨ ਹੋ ਹੁਣ ਮਾਈ ਨੇ ਲੜਕੇ ਦਾ ਮਰਦਾ ਮੰਜੀ ਤੇ ਲਟਾ ਦਿੱਤਾ ਸੰਤ ਜੀ ਮਹਾਰਾਜ ਦੇ ਮukh ਤੋਂ ਇਹ ਬਚਨ ਨਿਕਲਿਆ ਇਸ ਕਾਂਡ 15ਵਾਂ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੇ ਆਪੇ ਰੱਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕ ਕੀ ਤਹ ਤਹ ਉਠ ਧਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੈ ਰਹਾਉ ਤਿਸ ਸੇਵਕ ਕਹਿ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਕਨੋਹੇ ਤੋਂ ਦੁਪਹਿਰਣ ਜਾਣਾ ਅਤੇ ਮੁੜ ਆਉਣਾ। ਸੰਤ ਜੀ ਮਹਾਰਾਜ ਨੂੰ ਗੁਜਰਖਾਨ ਤੋਂ ਆਇਆ ਅਜੇ 2 ਕੋ ਮਹੀਨੇ ਹੀ ਹੋਏ ਸਨ। ਕਿ ਦੁਪਹਿਰਣ ਦੀ ਸੰਗਤ ਬੜਾ ਪ੍ਰੇਮ ਕਰਕੇ ਸੰਤ ਜੀ ਨੂੰ ਨਾਲ ਲੈ ਗਈ। ਭਾਈ ਕਲਿਆਣ ਸਿੰਘ ਜੀ ਇਸ ਸਮੇਂ ਸੰਤ ਜੀ ਦੇ ਨਾਲ ਸਨ। ਦੋ ਦਿਨ ਮਗਰੋਂ ਭਾਈ ਵਜੀਰ ਸਿੰਘ ਜੀ ਸਾਰੇ ਟੱਬਰ ਸਮੇਤ ਦੁਪਹਿਰਨ ਗਏ ਅਤੇ ਬੇਨਤੀ ਕੀਤੀ ਮਹਾਰਾਜ ਨਿਕਾ ਨਹੀਂ ਵਿਰਚਦਾ ਕਿਰਪਾ ਕਰਕੇ ਸਾਡੇ ਨਾਲ ਚੱਲੋ ਸੰਤ ਜੀ ਮਹਾਰਾਜ ਨੇ ਭਜੰਗੀ ਹੀਰਾ ਸਿੰਘ ਨੂੰ ਥਾਪੜੀ ਦਿੱਤੀ ਅਤੇ ਕਿਹਾ ਚੁੱਪ ਕਰਕੇ ਘਰ ਜਾਓ ਅਸੀਂ ਛੇਤੀ ਆ ਜਾਵਾਂਗੇ ਸੰਤਾਂ ਦੀ ਥਾਪੀ ਮਿਲਦੇ ਹੀ ਨਿੱਕਾ ਚੁੱਪ ਹੋ ਗਿਆ ਤੇ ਭਾਈ ਵਜੀਰ ਸਿੰਘ ਜੀ ਟੱਬਰ ਸਮੇਤ ਕਨੋਹੇ ਮੁੜ ਆਏ ਅਤੇ ਸੰਤ ਜੀ ਮਹਾਰਾਜ ਦੋ ਭੇਰਨ ਹੀ ਰਹੇ ਸੱਤ ਦਿਨ ਸੰਤ ਜੀ ਮਹਾਰਾਜ ਦੋ ਭੇਰਨ ਰਹੇ 8ਵੇਂ ਦਿਨ ਜਦ ਅੰਮ੍ਰਿਤ ਵੇਲੇ ਬਾਹਰ ਇਸ਼ਨਾਨ ਕਰਨ ਵਾਸਤੇ ਨਿਕਲੇ ਤਦ ਸੰਤ ਜੀ ਨੂੰ ਨੀਲੇ ਘੋੜੇ ਤੇ ਅਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਅਰਦਲ ਵਿੱਚ ਪੰਜ ਪਿਆਰਿਆਂ ਦੇ ਦਰਸ਼ਨ ਹੋਏ। ਸੰਤਾਂ ਨੇ ਗੁਰੂ ਕਲਗੀਆਂ ਵਾਲੇ ਨੂੰ ਨਮਸਕਾਰ ਕੀਤੀ। ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਅਸੀਂ ਤੁਹਾਡੇ ਸੇਵਕ ਨੂੰ ਲੈਣ ਚੱਲੇ ਹਾਂ। ਇਸ਼ਨਾਨ ਕਰਕੇ ਸੰਤ ਜੀ ਆਪਣੇ ਨਿਤਨੇਮ ਵਿੱਚ ਲੱਗੇ ਰਹੇ। ਫੇਰ ਸਵੇਰ ਸਾਰ ਹੀ ਦੁਪਹਿਰਣ ਤੋਂ ਤੁਰ ਪਏ ਅਤੇ ਰੋਟੀ ਵੇਲੇ ਕੁਨੇਹਿਆ ਪਹੁੰਚੇ। ਭਾਈ ਵਜੀਰ ਸਿੰਘ ਜੀ ਨੇ ਦੂਰੋਂ ਹੀ ਦੇਖ ਲਿਆ ਤੇ ਬੜੀ ਖੁਸ਼ੀ ਵਿੱਚ ਬੋਲਿਆ ਮਹਾਰਾਜ ਆ ਗਏ ਭਾਈ ਵਜੀਰ ਸਿੰਘ ਦਾ ਅੰਤਮ ਸਮਾ ਦੂਸਰੇ ਦਿਨ ਸਵੇਰ ਦਾ ਪ੍ਰਸ਼ਾਦ ਸੰਤ ਜੀ ਨੇ ਭਾਈ ਵਜੀਰ ਸਿੰਘ ਜੀ ਨੂੰ ਆਪਣੇ ਨਾਲ ਹੀ ਛਕਾਇਆ ਸੰਤ ਜੀ ਮਹਾਰਾਜ ਦਾ ਚਿਹਰਾ ਕੁਝ ਉਦਾਸ ਸੀ ਲਾਉੜੇ ਵੇਲੇ ਭਾਈ ਵਜੀਰ ਸਿੰਘ ਜੀ ਨੂੰ ਬੁਖਾਰ ਚੜ ਗਿਆ ਮਾਈ ਭਾਗ ਭਰੀ ਜੀ ਨੇ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਸੁਆਮੀ ਜੀ ਨੂੰ ਬੁਖਾਰ ਚੜ ਗਿਆ ਹੈ ਸੰਤ ਜੀ ਨੇ ਫਰਮਾਇਆ ਕਾਲਪੁਰਖ ਦਾ ਹੁਕਮ ਹੈ ਇਹ ਬਚਨ ਸੁਣ ਕੇ ਮਾਈ ਜੀ ਦੇ ਹਿਰਦੇ ਵਿੱਚ ਕੁਝ ਠੋਕਰ ਵੱਜੀ ਸੰਤ ਜੀ ਮਹਾਰਾਜ ਨੂੰ ਫੇਰ ਪੁੱਛਿਆ ਮਹਾਰਾਜ ਇਹ ਗੱਲ ਕਿਉਂ ਆਖੀ ਸੰਤ ਜੀ ਨੇ ਹੁਕਮ ਦਿੱਤਾ ਕਿ ਹੁਣ ਇਹਨਾਂ ਨਾਲ ਸਰੀਰ ਦੀ ਕੋਈ ਗੱਲ ਨਾ ਕਰੋ ਸਤਿਗੁਰੂ ਦੇ ਚਰਨਾਂ ਵੱਲ ਧਿਆਨ ਕਰਨ ਦੇਵੋ ਭਾਈ ਵਜੀਰ ਸਿੰਘ ਜੀ ਨੂੰ ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਕਿਹਾ ਤੁਹਾਡੀ ਹੁਣ ਸੱਚਖੰਡ ਦੀ ਤਿਆਰੀ ਹੈ ਦੁਨੀਆ ਦੀ ਕਿਸੇ ਚੀਜ਼ ਦਾ ਧਿਆਨ ਨਾ ਕਰੋ ਪਿੱਛੇ ਜੋ ਰਹੇਗਾ ਆਪੇ ਹੀ ਦੁਨੀਆ ਨੂੰ ਸੰਭਾਲ ਲਏਗਾ ਇਹ ਕਹਿ ਕੇ ਸਾਰੇ ਪਰਿਵਾਰ ਨੂੰ ਹੁਕਮ ਦੇ ਦਿੱਤਾ ਕਿ ਇਹਨਾਂ ਦੀ ਬਿਮਾਰੀ ਦੀ ਖਬਰ ਕਿਸੇ ਨੂੰ ਵੀ ਨਹੀਂ ਕਰਨੀ। ਸੰਤ ਜੀ ਮਹਾਰਾਜ ਹਰ ਵਕਤ ਭਾਈ ਵਜੀਰ ਸਿੰਘ ਦੇ ਪਾਸ ਰਹਿੰਦੇ ਨਾਮ ਬਾਣੀ ਦਾ ਪ੍ਰਵਾਹ ਚਲਾਈ ਰੱਖਦੇ ਅਤੇ ਪਰਿਵਾਰ ਦੇ ਕਿਸੇ ਵੀ ਸਰੀਰ ਨੂੰ ਇਹਨਾਂ ਦੇ ਪਾਸ ਗੱਲਬਾਤ ਕਰਨ ਲਈ ਨਾ ਆਉਣ ਦਿੰਦੇ। ਚਾਰ ਦਿਨ ਸੰਤ ਜੀ ਨੇ ਪ੍ਰਸ਼ਾਦਾ ਨਾ ਛਕਿਆ। ਪੰਜਵੇਂ ਦਿਨ ਮਾਈ ਭਾਗ ਭਰੀ ਨੇ ਆਪਣੇ ਪਤੀ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਪ੍ਰਸ਼ਾਦਾ ਸ਼ਕਸ ਹੋ। ਤਦ ਸੰਤ ਜੀ ਮਹਾਰਾਜ ਸ਼ਕਸਨ ਇਹ ਕਹਿ ਕੇ ਮਾਈ ਪ੍ਰਸ਼ਾਦ ਲਿਆਈ ਸੰਤ ਜੀ ਮਹਾਰਾਜ ਨੇ ਇੱਕ ਫੁੱਲ ਕਾ ਲਿਆ ਅੱਧਾ ਭਾਈ ਵਜੀਰ ਸਿੰਘ ਜੀ ਨੂੰ ਸ਼ਕਾਇਆ ਅਤੇ ਅੱਧਾ ਆਪ ਛਕਿਆ। ਅਗਲੇ ਦਿਨ ਅਮਰਤ ਵੇਲੇ ਜਦ ਸੰਤ ਜੀ ਇਸ਼ਨਾਨ ਕਰਨ ਗਏ ਤਦ ਭਾਈ ਵਜੀਰ ਸਿੰਘ ਜੀ ਨੇ ਆਪਣੀ ਸਪਤਰੀ ਨੂੰ ਕਿਹਾ ਕਿ ਸਾਡੀ ਹੁਣ ਤਿਆਰੀ ਹੈ ਮਹਾਰਾਜ ਜੀ ਨੂੰ ਸੱਦ ਲਿਆਓ ਅਸਾਂ ਉਹਨਾਂ ਦੇ ਗੋਡੇ ਤੇ ਸੀਸ ਰੱਖ ਕੇ ਪ੍ਰਾਣ ਦੇਣੇ ਹਨ ਮਾਈ ਭਾਗ ਭਰੀ ਦੌੜੀ ਦੌੜੀ ਸੰਤ ਜੀ ਪਾਸ ਕਸ ਵਾਲੀ बावਲੀ ਤੇ ਗਈ ਅਤੇ ਆਪਣੇ ਪਤੀ ਦੀ ਅਰਦਾਸ ਆਖ ਸੁਣਾਈ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਅਜੇ ਭਾਈ ਵਜੀਰ ਸਿੰਘ ਜੀ ਦੇ ਅੰਤ ਵਿੱਚ 2 ਘੰਟੇ ਰਹਿੰਦੇ ਹਨ ਤੁਸੀਂ ਚੱਲੋ ਅਸੀਂ ਇਸ਼ਨਾਨ ਕਰਕੇ ਆਉਂਦੇ ਹਾਂ ਮਾਈ ਭਾਗ ਭਰੀ ਬਚਨ ਮੰਨ ਕੇ ਘਰ ਆ ਗਈ ਥੋੜੇ ਚਿਰ ਮਗਰੋਂ ਸੰਤ ਜੀ ਵੀ ਆ ਪਹੁੰਚੇ ਆਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਮੰਜੀ ਸਾਹਿਬ ਇੱਕ ਛੋਟੀ ਜਿਹੀ ਕਟੋਰੀ ਵਿੱਚ ਜਲ ਰੱਖਿਆ ਅਤੇ ਕੁਝ ਚਿਰ ਪਾਠ ਕਰਦੇ ਰਹੇ ਫਿਰ ਅੰਮ੍ਰਿਤ ਭਾਈ ਵਜੀਰ ਸਿੰਘ ਜੀ ਦੇ ਪਾਸ ਲੈ ਆਂਦਾ ਇਹਨਾਂ ਨੇ ਉਹ ਉੱਠ ਕੇ ਪ੍ਰੇਮ ਨਾਲ ਛਕ ਲਿਆ ਹੁਣ ਭਾਈ ਵਜੀਰ ਸਿੰਘ ਜੀ ਦਾ ਅੰਤ ਦਾ ਸਮਾਂ ਨੇੜੇ ਆ ਗਿਆ ਭਾਈ ਸਾਹਿਬ ਨੇ ਬੇਨਤੀ ਕੀਤੀ ਕਿ ਸੰਤ ਜੀ ਸ਼ਬਦ ਪੜਨਗੇ ਅਤੇ ਮੈਂ ਮੰंजे ਤੇ ਹੋਵਾਂਗਾ ਇਸ ਤਰ੍ਹਾਂ ਸ਼ਬਦ ਦੀ ਵਿਅਦਵੀ ਹੋਵੇਗੀ ਮੇਰਾ ਬਿਸਤਰਾ ਕਰ ਦੇਵੋ ਸੁਆਮੀ ਜੀ ਦਾ ਹੁਕਮ ਮੰਨ ਕੇ ਮਾਈ ਜੀ ਨੇ ਬੜੀ ਛੇਤੀ ਬਿਸਤਰਾ ਧਰਤੀ ਤੇ ਕਰ ਦਿੱਤਾ ਫੇਰ ਭਾਈ ਵਜੀਰ ਸਿੰਘ ਜੀ ਨੇ ਆਪਣੀ ਸੁਪਤਨੀ ਨੂੰ ਆਪਣੇ ਪਾਸ ਸੱਦਿਆ ਤੇ ਆਖਿਆ ਮੇਰੇ ਚਲਾਣੇ ਮਗਰੋਂ ਸੰਤ ਜੀ ਮਹਾਰਾਜ ਨੂੰ ਆਪਣੇ ਪਾਸ ਰੱਖਣਾ ਤੇ ਅੱਗੇ ਵਾਂਗੂ ਟਹਿਲ ਕਰੀ ਜਾਣਾ ਕੋਠੀ ਵਿੱਚ ਅੰਨ ਦਾਣਾ ਬਹੁਤ ਹੈ ਸੰਤ ਜੀ ਮਹਾਰਾਜ ਨੇ ਫਰਮਾਇਆ ਤੁਸੀਂ ਹੁਣ ਸਾਡਾ ਫਿਕਰ ਛੱਡ ਦੇਵੋ ਕਰਤਾਰ ਵੱਲ ਧਿਆਨ ਦਿਵੋ ਸਾਡਾ ਇੱਥੇ ਰਹਿਣਾ ਤੁਹਾਡੇ ਸਰੀਰ ਨਾਲ ਹੀ ਬਣਦਾ ਸੀ ਹੁਣ ਅਸੀਂ ਨਹੀਂ ਰਹਿ ਸਕਦੇ ਕਦੀ ਕਦੀ ਦਰਸ਼ਨ ਮੇਲੇ ਲਈ ਆ ਜਾਇਆ ਕਰਾਂਗੇ ਹੁਣ ਸੰਤ ਜੀ ਮਹਾਰਾਜ ਨੇ ਆਪਣੇ ਪ੍ਰੇਮੀ ਨੂੰ ਥੰਮ ਕੇ ਨਵੇਂ ਬਿਸਤਰੇ ਤੇ ਖੜਿਆ ਭਾਈ ਵਜੀਰ ਸਿੰਘ ਨੇ ਅਰਜ ਕੀਤੀ ਮਹਾਰਾਜ ਆਪ ਨੂੰ ਤਕਲੀਫ ਤਾਂ ਹੋਸੀ ਪਰ ਮੈਂ ਆਪ ਦੀ ਝੋਲੀ ਵਿੱਚ ਬੈਠਣਾ ਹੈ ਪ੍ਰੇਮੀ ਦਾ ਬਚਨ ਸੁਣ ਕੇ ਸੰਤ ਜੀ ਬੈਠ ਗਏ ਪਿੱਛੇ ਮਾਏ ਭਾਗਬਰੀ ਨੇ ਦੋ ਤਲਾਈਆਂ ਇਕੱਠੀਆਂ ਕਰ ਰੱਖ ਦਿੱਤੀਆਂ ਅਤੇ ਸੰਤ ਜੀ ਨੇ ਭਾਈ ਵਜੀਰ ਸਿੰਘ ਜੀ ਨੂੰ ਆਪਣੀ ਝੋਲੀ ਵਿੱਚ ਲੈ ਲਿਆ ਭਾਈ ਵਜੀਰ ਸਿੰਘ ਜੀ ਨੇ ਸੰਤ ਜੀ ਮਹਾਰਾਜ ਦੀ ਚਰਨ ਧੂੜ ਬੜੇ ਪ੍ਰੇਮ ਨਾਲ ਮਸਤਕ ਤੇ ਲਾਈ ਮਹਾਰਾਜ ਨੇ ਹੁਕਮ ਦਿੱਤਾ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਜਾਵੋ ਸੰਤਾਂ ਦੀ ਗੋਦੀ ਬਾਣੀ ਦਾ ਪਾਠ ਪ੍ਰੇਮੀ ਦੀ ਧੁਨ ਸਵਾਸ ਸਵਾਸ ਵਾਹਿਗੁਰੂ ਦੇ ਸਿਮਰਨ ਵਿੱਚ ਲੱਗ ਗਈ ਥੋੜੇ ਚਿਰ ਵਿੱਚ ਸੰਤ ਜੀ ਮਹਾਰਾਜ ਦੇ ਚਰਨ ਮੰਗੇ ਸੰਤਾਂ ਨੇ ਚਰਨ ਅੱਗੇ ਕੀਤੇ ਭਾਈ ਵਜੀਰ ਸਿੰਘ ਜੀ ਨੇ ਬੜੇ ਪ੍ਰੇਮ ਨਾਲ ਪਰਸੇ ਅਤੇ ਬੇਨਤੀ ਕੀਤੀ ਹਜੂਰ ਸਦਾ ਚਰਨਾਂ ਵਿੱਚ ਰੱਖਣਾ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਤੁਸੀਂ ਸਦਾ ਹੀ ਸਾਡੇ ਨਾਲ ਰਹੋਗੇ ਫਿਰ ਆਵਾਜ਼ ਰਲ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਹੀ ਜੋਤ ਵਿੱਚ ਜੋਤ ਰਲ ਗਈ ਅਤੇ ਭਾਈ ਵਜੀਰ ਸਿੰਘ ਜੀ ਸਦਾ ਲਈ ਕਲਗੀਧਰ ਜੀ ਮਹਾਰਾਜ ਦੀ ਗੋਦ ਵਿੱਚ ਜਾ ਬਿਰਾਜੇ ਇਸ ਵਕਤ ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਅਤੇ ਵਿਰਾਗ ਵਿੱਚ ਇਹ ਸ਼ਬਦ ਪੜ੍ਹਿਆ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਉਹ ਸੋਖਿਆ ਚੂਕਾ ਜਮਸਿਓ ਮੇਲ ਲੋਕਾ ਮਤ ਕੋ ਫਕੜ ਪਾਈ ਲਖ ਮੜਿਆ ਕਰ ਏਕ ਠੇ ਏਕ ਰਤੀ ਲੇ ਪਾਹੇ ਰਹਾਉ ਪਿੰਡ ਪਤਲ ਮੇਰੀ ਕੇ ਸੋ ਕਿਰਿਆ ਸਤ ਨਾਮ ਕਰਤਾਰ ਐਥੈ ਓਥੈ ਆਗੇ ਪਾਛੈ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮਰਾ ਸਚਾ ਨਾਮਨ ਤਾਂ ਥੀਐ ਜਾਂ ਐਹ ਨਿਸ ਲਾਗੇ ਭਾਉ ਇਕ ਲੋਕੀ ਹੋਰ ਸ਼ਮ ਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ ਕਾ ਕਬ ਹੂ ਨਖੂਟਸਨਾ ਹੈ ਪਰਿਵਾਰ ਦੇ ਕਿਸੇ ਸਰੀਰ ਨੂੰ ਨੇੜੇ ਨਾ ਆਉਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਰੋਣ ਦਿੱਤਾ ਸ਼ੁਕਰ ਰਜ਼ਾ ਅਤੇ ਸਤਨਾਮ ਵਾਹਿਗੁਰੂ ਦੀ ਧੁਨੀ ਵਿੱਚ ਲਾਈ ਰੱਖਿਆ ਉਸੇ ਵਕਤ ਸੰਤ ਜੀ ਮਹਾਰਾਜ ਨੇ ਸਾਰੇ ਪਿੰਡਾਂ ਦੀਆਂ ਸਿੱਖ ਸੰਗਤਾਂ ਵੱਲ ਚਿੱਠੀਆਂ ਲਿਖਾ ਭੇਜੀਆਂ ਕਿ ਭਾਈ ਵਜੀਰ ਸਿੰਘ ਜੀ ਸੱਚਖੰਡ ਨਿਵਾਸ ਕਰ ਗਏ ਹਨ ਸਭ ਮਾਈ ਪਾਈ ਦਰਸ਼ਨ ਦੇਵੋ ਨਾਲ ਹੀ ਫਰਮਾਇਆ ਕਿ ਇਹ ਸਾਡੇ ਸੰਬੰਧੀ ਹਨ ਅਸਾਂ ਇਹਨਾਂ ਨੂੰ ਹੀ ਸੱਜਣਾ ਹੈ ਫਿਰ ਭਾਈ ਵਜੀਰ ਸਿੰਘ ਜੀ ਦੇ ਇਸ਼ਨਾਨ ਦੀ ਤਿਆਰੀ ਕੀਤੀ ਸੰਤ ਜੀ ਨੇ ਆਪਣੀ ਹੱਥੀਂ ਇਸ਼ਨਾਨ ਕਰਾਇਆ ਇਸ਼ਨਾਨ ਕਰਾ ਕੇ ਮਾਈ ਭਾਗਪਰੀ ਦੇ ਕਮਰੇ ਪਾਸ ਲਿਆਂਦਾ ਮਾਈ ਜੀ ਨੇ ਉੱਠ ਕੇ ਮੱਥਾ ਟੇਕਿਆ ਬੜੇ ਵਿਰਾਗ ਵਿੱਚ ਆਖਿਆ ਸਵਾਮੀ ਜੀ ਭੁੱਲਾਂ ਬਖਸ਼ਣੀਆਂ ਤੁਸੀਂ ਤਾਂ ਆਪ ਸੱਚਖੰਡ ਜਾ ਬਿਰਾਜੇ ਅਤੇ ਦਾਸੀ ਨੂੰ ਸੰਤ ਜੀ ਮਹਾਰਾਜ ਦੇ ਆਸਰੇ ਛੱਡ ਚੱਲੇ ਇਹ ਕਹਿ ਕੇ ਵਿਰਾਗ ਵਿੱਚ ਮਾਈ ਜੀ ਦੇ ਅਥਰੂ ਭਰ ਆਏ ਜਦ ਪਿੱਛੇ ਮੁੜ ਕੇ ਵੇਖਿਆ ਤਾਂ ਸੰਤ ਜੀ ਮਹਾਰਾਜ ਦੇ ਨੇਤਰਾਂ ਵਿੱਚ ਵੀ ਜਲ ਭਰ ਆਇਆ ਸੀ ਮਾਈ ਨੇ ਅਰਜ ਕੀਤੀ ਮਹਾਰਾਜ ਇਹ ਕੀ ਤੁਸੀਂ ਤਾਂ ਹੌਸਲਾ ਦਿੰਦੇ ਸੋ ਸੰਤ ਜੀ ਨੇ ਵਿਰਾਗ ਵਿੱਚ ਫਰਮਾਇਆ ਸਾਡਾ ਅੱਜ ਰੋਮ ਖੁਸਿਆ ਹੈ ਹੁਣ ਪਿੰਡਾਂ ਦੀਆਂ ਸੰਗਤਾਂ ਬਹੁਤ ਆ ਗਈਆਂ ਢੋਲਕੀ ਸ਼ੈਣਿਆਂ ਨਾਲ ਕੀਰਤਨ ਦੀ ਕਨਕੌਰ ਵਿੱਚ ਭਾਈ ਵਜੀਰ ਸਿੰਘ ਜੀ ਦੇ ਸਰੀਰ ਨੂੰ ਬਾਹਰ ਲੈ ਗਏ ਅੰਗੇਠਾ ਅੱਗੇ ਤਿਆਰ ਸੀ ਜਾਂਦਿਆਂ ਹੀ ਸੰਤਾਂ ਨੇ ਅਰਦਾਸਾ ਸੋਧ ਕੇ ਭਾਈ ਵਜੀਰ ਸਿੰਘ ਜੀ ਦੀ ਦੇਹ ਨੂੰ ਏਸ ਉੱਪਰ ਰੱਖ ਦਿੱਤਾ ਜੁਗਤ ਨਾਲ ਸਰਹਾਣੇ ਅਤੇ ਪਾਸਿਆਂ ਤੇ ਲੱਕੜੀਆਂ ਜੋੜੀਆਂ ਚਾਰੇ ਪਾਸੇ ਫੂਸ ਰੱਖਿਆ ਤੇ ਸੀਸ ਤੇ ਚਿਹਰੇ ਉੱਤੇ ਘੋਪਾਇਆ ਸੰਤ ਜੀ ਮਹਾਰਾਜ ਨੇ ਅਰਦਾਸਾ ਸੋਧਿਆ ਅਤੇ ਸਾਧ ਸੰਗਤ ਨੇ ਲਾਂਬੂ ਲਾ ਦਿੱਤਾ ਸਾਰੀ ਸੰਗਤ ਕੁਝ ਦੂਰ ਬੈਠ ਗਈ ਅਤੇ ਅਸਚਰਜ ਵਿਰਾਗਮਈ ਕੀਰਤਨ ਹੋਇਆ ਜਦ ਅਗਨੀ ਸਾਰੇ ਪਾਸਿਆਂ ਵੱਲੋਂ ਫਿਰ ਗਈ ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸਾ ਸੋਧਿਆ ਸੰਤ ਜੀ ਮਹਾਰਾਜ ਸਾਰੀ ਸੰਗਤ ਸਮੇਤ ਧਰਮਸ਼ਾਲਾ ਆਏ ਅਤੇ ਕੜਾਹ ਪ੍ਰਸ਼ਾਦ ਸਜਾ ਕੇ ਸਾਰੀ ਸੰਗਤ ਨੂੰ ਵਰਤਾਇਆ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਭਾਈ ਵਜੀਰ ਸਿੰਘ ਜੀ ਦੇ ਘਰ ਲੈ ਗਏ ਜਾਂਦਿਆਂ ਹੀ ਅਖੰਡ ਪਾਠ ਆਰੰਭ ਕਰ ਦਿੱਤਾ ਅਤੇ ਸੱਤ ਅਖੰਡ ਪਾਠਾਂ ਦੇ ਭੋਗ ਪਾਏ ਇਹਨਾਂ ਸਾਰਿਆਂ ਅਖੰਡ ਪਾਠਾਂ ਵਿੱਚ ਸੰਤ ਜੀ ਮਹਾਰਾਜ ਨੇ ਬਹੁਤ ਹਿੱਸਾ ਲਿਆ ਸੰਸਕਾਰ ਮਗਰੋਂ ਜਦ ਅਖੰਡ ਪਾਠ ਰੱਖਿਆ ਗਿਆ ਤਦ ਸੰਤ ਜੀ ਮਾਈ ਭਾਗ ਭਰੀ ਪਾਸ ਗਏ ਮਾਈ ਨੇ ਬੜੇ ਵਿਰਾਗ ਵਿੱਚ ਬੇਨਤੀ ਕੀਤੀ ਮਹਾਰਾਜ ਮੇਰੇ ਬੜੇ ਮੰਦੇ ਪਾਗ ਹਨ ਸਵਾਮੀ ਜੀ ਚਲੇ ਗਏ ਅਤੇ ਮੈਨੂੰ ਨਿਮਾਣੀ ਨੂੰ ਨਾ ਆਪ ਦੇ ਦਰਸ਼ਨ ਹੋ ਸਕਣਗੇ ਨਾ ਮੈਂ ਇਸ਼ਨਾਨ ਕਰਾ ਸਕਾਂਗੀ ਨਾ ਹੀ ਨਾਲ ਜਾ ਸਕਾਂਗੀ ਸੰਤ ਜੀ ਮਹਾਰਾਜ ਨੇ ਧੀਰਜ ਦਿੱਤਾ ਤੁਹਾਡੇ ਪਤੀ ਜੀ ਮੋਏ ਨਹੀਂ ਸੱਚ ਖੰਡ ਗਏ ਹਨ ਤੁਹਾਨੂੰ ਦਰਸ਼ਨ ਕਰਾਵਾਂਗੇ ਫਿਰ ਪੁੱਛਿਆ ਕਿ ਕੋਈ ਹੋਰ ਭਰਾ ਹੈ ਮਾਈ ਨੇ ਕਿਹਾ ਹਾਂ ਮਹਾਰਾਜ ਇੱਕ ਪਰਾ ਹੋਰ ਹੈ ਪਰ ਨੌਕਰ ਹੈ ਸੰਤ ਜੀ ਮਹਾਰਾਜ ਨੇ ਉਸੇ ਵਕਤ ਚਿੱਠੀ ਪਾ ਕੇ ਬੁਲਾ ਲਿਆ ਨੌਕਰੀ ਛਡਾ ਦਿੱਤੀ ਅਤੇ ਅਮਰਤ ਛਕਾ ਕੇ ਨੰਦ ਸਿੰਘ ਨਾਮ ਰੱਖਿਆ ਤੇ ਮਾਈ ਭਾਗਪਰੀ ਦੇ ਪਾਸ ਟਿਕਾ ਦਿੱਤਾ ਮਹਾਰਾਜ ਨੇ ਇਸ ਸਮੇਂ ਮਾਈ ਦੀ ਲੜਕੀ ਨੂੰ ਵੀ ਅਮਰਤ ਛਕਾਇਆ 17ਵੇਂ ਵਾਲੇ ਦਿਨ ਸੰਤ ਜੀ ਮਹਾਰਾਜ ਨੇ ਬੜਾ ਭਾਰੀ ਜਗ ਗੁਰੂ ਦਾ ਲੰਗਰ ਕੀਤਾ ਨੇੜੇ-ਨੇੜੇ ਦੇ ਪਿੰਡਾਂ ਦੀਆਂ ਸਭ ਸੰਗਤਾਂ ਆਈਆਂ ਅਖੰਡ ਸ਼ਬਦ ਕੀਰਤਨ ਹੋਇਆ ਕੜਾਹ ਪ੍ਰਸ਼ਾਦ ਦੇ ਕਈ ਕੜਾਹੇ ਲੱਥੇ ਸਾਰੀ ਸੰਗਤ ਨੇ ਪ੍ਰਸੰਨ ਹੋ ਕੇ ਛਕਿਆ ਤੇ ਗਰੀਬ ਅਭਿਆਗਤ ਨੂੰ ਵੀ ਤੋਟ ਵਰਤਿਆ ਜਗ ਗੁਰੂ ਦਾ ਲੰਗਰ ਦੇ ਮਗਰੋਂ ਜਦ ਸੰਤ ਜੀ ਜਾਣ ਵਾਸਤੇ ਤਿਆਰ ਹੋਏ ਤਦ ਮਾਈ ਭਾਗ ਭਰੀ ਨੇ ਨਮਸਕਾਰ ਕੀਤੀ ਅਤੇ ਕਾਕੇ ਹੀਰਾ ਸਿੰਘ ਨੂੰ ਚ कांड 16ਵਾਂ ਸੁਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂ ਰੱਖਦਾ ਹਰ ਜੀਉ ਤੁਰ ਤੂ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾਖਸ ਮਾਰ ਪਚਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾਂ ਨੂੰ ਜਮ ਜੋਹੀ ਨਾ ਸਾਕੇ ਕਾਲ ਨ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਜ ਸੁਭਾਈ ਮਨਮੁਖਾ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸਬਦ ਨ ਭੀਤੇਉ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖ ਵਿਦਾਤਾ ਹਉ ਮੈ ਮਾਰ ਮਨ ਸਾ ਮਨ ਹੈ ਸਮਾਣੀ ਗੁਰ ਕੈ ਸਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓਨਾ ਕੀ ਰੀਤ ਕਰੇ ਸੋ ਵਿਗੁਚੈ ਜਿਨ ਹਰਿ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭਉ ਕੋ ਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਗੁਰ ਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕੰਮ ਕਰੈ ਅਧਿਕਾਈ ਵੇਦ ਪੜ੍ਹਹਿ ਤੈਵਾਦ ਵਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਜੂ ਟਹਿ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮੇਟਨ ਹਾਰਾ ਨਾਨਕ ਤិន ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਔਰ ਧਾਰਾ ਕਨੋਹੇ ਨਿਵਾਸ ਦੀਆਂ ਕੁਝ ਸਾਖੀਆਂ ਨੰਬਰ 1 ਇੱਕ ਦਿਨ ਮਾਈ ਭਾਗਪਰੀ ਨੂੰ ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ ਕਿ ਅੱਜ ਅਸੀਂ ਕੂਟੀਆਂ ਵਿੱਚ ਨਹੀਂ ਬੈਠਾਂਗੇ ਬਾਹਰ ਪੁਲਾਹੀਆਂ ਦੇ ਹੇਠ ਬੈਠੇ ਹੋਵਾਂਗੇ ਸਾਡਾ ਪ੍ਰਸ਼ਾਦਾ ਉੱਥੇ ਹੀ ਲੈ ਆਉਣਾ ਮਾਈ ਭਾਗਪਰੀ ਨੇ ਪੁੱਛਿਆ ਮਹਾਰਾਜ ਕਿਹੜੀਆਂ ਪੁਲਾਹੀਆਂ ਹੇਠ ਸੰਤ ਜੀ ਮਹਾਰਾਜ ਨੇ ਫਰਮਾਇਆ ਲੋੜ ਲੈਣਾ ਮਾਈ ਭਾਗ ਭਰੀ ਨੇ ਆਖਿਆ ਮਹਾਰਾਜ ਲੋੜ ਲੈਸਾਂ ਮਹਾਰਾਜ ਨੇ ਹੱਸ ਕੇ ਆਖਿਆ ਕਿ ਲੋੜ ਲੈਣਾ ਜਦ ਦੁਪਹਿਰ ਦੇ ਵਕਤ ਮਾਈ ਭਾਗ ਭਰੀ ਪ੍ਰਸ਼ਾਦ ਲੈ ਕੇ ਆਈ ਤਦ ਉਸ ਨੇ ਸਾਰੀ ਝੰਗੀ ਭਾਲੀ ਪਰ ਸੰਤ ਜੀ ਮਹਾਰਾਜ ਕਿਧਰੇ ਵੀ ਨਾ ਲੱਭੇ ਮਾਈ ਬੜੀ ਹੈਰਾਨ ਅਤੇ ਪਰੇਸ਼ਾਨ ਹੋਈ ਪਰ ਹੈਸੀ ਸੇਵਕ ਦਿਲ ਵਿੱਚ ਫੁਰ ਆਇਆ ਕਿ ਸਤਿਗੁਰੂ ਅੱਗੇ ਅਰਦਾਸ ਸੋਧੀਏ ਆਪੇ ਹੀ ਸੰਤ ਜੀ ਦਰਸ਼ਨ ਦੇ ਸਨ ਦੋਵੇਂ ਹੱਥ ਜੋੜ ਮਾਈ ਜੀ ਨੇ ਬੜੀ ਨਿਮਰਤਾ ਅਤੇ ਅਧੀਨਗੀ ਸਹਿਤ ਅਰਦਾਸਾ ਕੀਤਾ ਅਤੇ ਬੇਨਤੀ ਕੀਤੀ हे ਸੱਚੇ ਪਾਤਸ਼ਾਹ ਭੁੱਲ ਗਈ ਆਪ ਨਾਲ ਬਰਾਬਰੀ ਨਹੀਂ ਬਣਦੀ ਮਿਹਰ ਕਰੋ ਦਰਸ਼ਨ ਦੇਵੋ ਅਰਦਾਸ ਦਾ ਭੋਗ ਪੈਂਦੀ ਹੀ ਧੀਰ ਸੀ ਕਿ ਸੰਤ ਜੀ ਮਹਾਰਾਜ ਕੁਟਿਆ ਤੋਂ ਉੱਪਰ ਲੀਆਂ ਪੁਲਾਹੀਆਂ ਵਿੱਚ ਬੈਠੇ ਨਜ਼ਰ ਆਏ ਮਾਈ ਜੀ ਨੇ ਨਮਸਕਾਰ ਕੀਤੀ ਮਹਾਰਾਜ ਮੈਂ ਭੁੱਲ ਗਈ ਅੱਗੇ ਤੋਂ ਇਸ ਤਰ੍ਹਾਂ ਕਦੇ ਨਾ ਆਖਾਂ ਸੰਤ ਜੀ ਮਹਾਰਾਜ ਖੇੜ ਖਿੜਾ ਕੇ ਹੱਸ ਪਏ ਅਤੇ ਆਖਿਆ ਅਸੀਂ ਤਾਂ ਇੱਥੇ ਹੀ ਬੈਠੇ ਸਾਂ ਕਿਧਰੇ ਵੀ ਨਹੀਂ ਸੀ ਗਏ ਮਾਈ ਨੇ ਕਿਹਾ ਇਹੋ ਜਿਹੀਆਂ ਚੀਜ਼ਾਂ ਲੋੜੀਆਂ ਨਹੀਂ ਲੱਭਦੀਆਂ ਫਿਰ ਮਾਈ ਨੇ ਸੰਤ ਜੀ ਮਹਾਰਾਜ ਦੇ ਹੱਥ ਤੋਂ ਆਏ ਪ੍ਰਸ਼ਾਦਾ ਛਕਾਇਆ ਅਤੇ ਕਰਤਾਰ ਦੇ ਸ਼ੁਕਰ ਵਿੱਚ ਰੰਗੀ ਹੋਈ ਆਪਣੇ ਘਰ ਚਲੀ ਗਈ ਨੰਬਰ 2 ਤੀਸਰੇ ਤਪ ਦੇ ਮਗਰੋਂ ਸੰਤ ਜੀ ਮਹਾਰਾਜ ਸ਼ਾਮ ਦਾ ਪ੍ਰਸ਼ਾਦਾ ਭਾਈ ਵਜੀਰ ਸਿੰਘ ਜੀ ਦੇ ਘਰ ਛਕਣ ਲੱਗ ਪਏ ਤਦ ਪਿੰਡ ਦੇ ਕਈ ਪ੍ਰੇਮੀਆਂ ਵਿੱਚ ਉਤਸ਼ਾਹ ਹੋਇਆ ਕਿ ਅਸੀਂ ਵੀ ਸੰਤ ਜੀ ਨੂੰ ਪ੍ਰਸ਼ਾਦ ਸ਼ਕਾਈਏ। ਇੱਕ ਦਿਨ ਸੰਤ ਜੀ ਮਹਾਰਾਜ ਭਾਈ ਸ਼ਾਮ ਸਿੰਘ ਜੀ ਬ੍ਰਾਹਮਣ ਦੇ ਘਰ ਪ੍ਰਸ਼ਾਦ ਸ਼ਕਣ ਜਾ ਰਹੇ ਸਨ। ਨਾਲ ਦੋ ਸਰੀਰ ਹੋਰ ਸਨ। ਰਸਤੇ ਵਿੱਚ ਭਾਈ ਕਲਿਆਣ ਸਿੰਘ ਕੋਹਲੀ ਦਾ ਘਰ ਸੀ। ਉਸ ਦੀ ਮਾਤਾ ਮਾਈ ਢੇਰੋਂ ਮੰंजे ਤੇ ਬਿਮਾਰ ਪਈ ਸੀ। ਮਾਈ ਨੇ ਉੱਠ ਕੇ ਸੰਤ ਜੀ ਦੇ ਚਰਨ ਪਕੜ ਲਏ ਅਤੇ ਛੱਡੇ ਨਾ। ਸੰਤ ਜੀ ਮਹਾਰਾਜ ਨੇ ਆਖਿਆ ਬੱਸ ਮਾਈ ਹੁਣ ਛੱਡ ਦੇ। ਮਾਈ ਨੇ ਖੜੀ ਹੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਬੜੀ ਦੁਖੀ ਹਾਂ। ਪੁੱਤਰ ਨੇ ਦੁੱਖ ਵਿੱਚ ਘਰੋਂ ਬਾਹਰ ਕੱਢ ਛੱਡਿਆ ਹੈ। ਬਿਮਾਰ ਹਾਂ, ਸਰੀਰ ਵੀ ਨਹੀਂ ਛੁੱਟਦਾ। ਇਹ ਦਰਦ ਭਰੀ ਪੁਕਾਰ ਸੁਣ ਕੇ ਸੰਤ ਜੀ ਮਹਾਰਾਜ ਦਾ ਹਿਰਦਾ ਦਰਵ ਗਿਆ। ਸੋਤੇ ਸਿੱਧ ਮੁਖੋਂ ਬਚਨ ਨਿਕਲਿਆ ਮਾਈ ਕੱਲ ਇਸ ਵੇਲੇ ਤੇਰਾ ਸਰੀਰ ਛੁੱਟ ਜਾਵੇਗਾ ਫਿਰ ਭਾਈ ਸ਼ਾਮ ਸਿੰਘ ਜੀ ਦੇ ਘਰ ਪਹੁੰਚੇ ਪੰਗਤ ਲੱਗੀ ਪ੍ਰਸ਼ਾਦ ਦਾ ਥਾਲ ਸੰਤ ਜੀ ਮਹਾਰਾਜ ਅੱਗੇ ਰੱਖਿਆ ਗਿਆ ਮਹਾਰਾਜ ਦੇ ਦਿਲ ਵਿੱਚ ਮਾਈ ਦੀ ਦਰਦ ਭਰੀ ਸਾਖੀ ਦਾ ਇਹਨਾਂ ਅਸਰ ਹੋਇਆ ਕਿ ਆਪਨੇ ਪ੍ਰਸ਼ਾਦ ਨਾ ਛਕਿਆ ਨਾਲ ਦੇ ਸਾਥੀਆਂ ਨੇ ਛਕ ਲਿਆ ਸ਼ਾਮ ਦੇ ਦੀਵਾਨ ਵਿੱਚ ਸੰਤ ਜੀ ਮਹਾਰਾਜ ਨੇ ਆਖਿਆ ਸਾਡੇ ਸਰੀਰ ਨੂੰ ਬਹੁਤ ਕਸ਼ਟ ਹੋਇਆ ਹੈ ਅੱਗੇ ਤੋਂ ਪਿੰਡ ਵਿੱਚ ਕਿਸੇ ਦੇ ਘਰ ਪ੍ਰਸ਼ਾਦ ਛਕਣ ਨਹੀਂ ਜਾਣਾ ਹਰ ਇੱਕ ਦਾ ਕਰਜ ਨਹੀਂ ਲਾਹਿਆ ਜਾਂਦਾ ਇੱਕ ਘਰ ਦਾ ਹੀ ਕਰਜ ਬਹੁਤ ਹੈ ਮਾਈ ਭਾਗ ਭਰੀ ਜੀ ਨੂੰ ਹੁਕਮ ਦੇ ਦਿੱਤਾ ਕਿ ਅੱਗੇ ਤੋਂ ਪ੍ਰਸ਼ਾਦਾ ਤੁਹਾਡੇ ਘਰ ਹੀ ਛਕਿਆ ਕਰਾਂਗੇ ਦੂਸਰੇ ਦਿਨ ਸੰਤ ਜੀ ਸ਼ਾਮ ਦੇ ਕੀਰਤਨ ਵਿੱਚ ਇੱਕ ਪ੍ਰੇਮੀ ਨੂੰ ਭੇਜਿਆ ਕਿ ਜਾਓ ਪਤਾ ਕਰੋ ਉਸ ਮਾਈ ਦਾ ਕੀ ਹਾਲ ਹੈ ਉਸ ਨੇ ਆ ਕੇ ਕਿਹਾ ਮਹਾਰਾਜ ਮਾਈ ਸਰੀਰ ਛੱਡ ਗਈ ਹੈ ਇਸ ਤੋਂ ਮਗਰੋਂ ਸੰਤ ਜੀ ਮਹਾਰਾਜ ਨੇ ਪਿੰਡ ਦੇ ਵਿੱਚ ਕਿਸੇ ਦੇ ਘਰ ਪ੍ਰਸ਼ਾਦ ਨਹੀਂ ਛਕਿਆ ਨੰਬਰ 3 ਇੱਕ ਦਿਨ ਪੁਲਾਹੀਆਂ ਵਿੱਚ ਭਾਰੀ ਦੀਵਾਨ ਲੱਗਾ ਹੋਇਆ ਸੀ ਸੰਤ ਜੀ ਮਹਾਰਾਜ ਪੜੀਆਂ ਇਹ ਦੋ ਪੜੀਆਂ ਸੰਤ ਜੀ ਮਹਾਰਾਜ ਨੇ ਵੱਡੇ ਆਕਾਸ ਵਿੱਚੋਂ ਆਪ ਚੋਕ ਲਿਆਂਦੀਆਂ ਸਨ ਤੇ ਇਹਨਾਂ ਤੇ ਬੈਠ ਕੇ ਹੀ ਸਮਾਧੀ ਸਥਿਤ ਹੁੰਦੇ ਸੀ ਤੇ ਬੈਠੇ ਜੋਟੀਆਂ ਦੇ ਸ਼ਬਦ ਪੜਾ ਰਹੇ ਸਨ ਗੁਰੂ ਦੀ ਸੰਗਤ ਪਿੱਛੇ-ਪਿੱਛੇ ਪੜ ਰਹੀ ਸੀ ਇੱਕ ਬੜਾ ਭਾਰੀ ਸਰਪ ਸਾਧ ਸੰਗਤ ਵਿੱਚ ਆ ਗਿਆ ਮਾਨੋ ਕੇ ਦਰਸ਼ਨ ਕਰਨ ਅਤੇ ਸ਼ਬਦ ਦਾ ਲਹਿਰਾ ਲੈਣ ਆਇਆ ਸੀ ਸਾਰੀ ਸੰਗਤ ਡਰ ਕੇ ਦੌੜਨ ਲੱਗ ਪਈ ਪਰ ਸੰਤ ਜੀ ਢੋਲ ਬੈਠੇ ਸ਼ਬਦ ਪੜ੍ਹਦੇ ਰਹੇ ਸਰਪ ਪੌੜੀਆਂ ਦੇ ਨਾਲ ਛੋ ਕੇ ਸਾਧ ਸੰਗਤ ਦੀ ਚਰਨ ਧੂੜ ਲੈ ਕੇ ਸਿੱਧਾ ਚਲਿਆ ਗਿਆ ਸੰਗਤ ਮੁੜ ਆਈ ਅਤੇ ਦੀਵਾਨ ਫੇਰ ਉਸੇ ਤਰ੍ਹਾਂ ਭਰ ਗਿਆ ਨੰਬਰ 4 ਜਦ ਸੰਤ ਜੀ ਮਹਾਰਾਜ ਮਾਈ ਭਾਗ ਭਰੀ ਦੇ ਘਰ ਰਾਤ ਵੇਲੇ ਵਿਸ਼ਰਾਮ ਕਰਨ ਲੱਗ ਪਏ ਤਾਂ ਇੱਕ ਦਿਨ ਮਾਈ ਨੇ ਬੇਨਤੀ ਕੀਤੀ ਮਹਾਰਾਜ ਬੱਚੇ ਸ਼ੋਰ ਕਰਦੇ ਹਨ ਆਪ ਨੂੰ ਤਕਲੀਫ ਹੁੰਦੀ ਹੋਵੇਗੀ ਸੰਤਾਂ ਨੇ ਫਰਮਾਇਆ ਬੱਚਿਆਂ ਦੀ ਕੋਈ ਵੀ ਤਕਲੀਫ ਨਹੀਂ ਸਾਰੀ ਰਾਤ ਤਾਂ ਸੁੱਤੇ ਰਹਿੰਦੇ ਹਨ ਅਤੇ ਦਿਨ ਚੜ੍ਹਨ ਦੇ ਨੇੜੇ ਜੋ ਬੋਲਦੇ ਵੀ ਹਨ ਤਾਂ ਇਹਨਾਂ ਦੀ ਆਵਾਜ਼ ਦੁਆਸ਼ ਤੋਂ ਰਹਿਤ ਰੱਬ ਦੀ ਆਵਾਜ਼ ਹੀ ਹੁੰਦੀ ਹੈ ਇਸ ਨਾਲ ਬਿਰਤੀ ਨਹੀਂ ਔਖੜਦੀ ਨੰਬਰ 5 ਇੱਕ ਦਿਨ ਮਾਈ ਭਾਗ ਭਰੀ ਨੇ ਬੇਨਤੀ ਕੀਤੀ ਮਹਾਰਾਜ ਅਮਰਤ ਵੇਲੇ ਆਪ ਭਜਨ ਕਰਦੇ ਹੋ ਅਤੇ ਮੈਂ ਰਿੜਕਣਾ ਪਾ ਦਿੰਦੀ ਹਾਂ ਆਪ ਨੂੰ ਖੇਦਲ ਹੁੰਦੀ ਹੋਵੇਗੀ ਸੰਤ ਜੀ ਮਹਾਰਾਜ ਹੱਸ ਕੇ ਬੋਲੇ ਰਿੜਕਣ ਦੀ ਆਵਾਜ਼ ਬੜੀ ਚੰਗੀ ਹੁੰਦੀ ਹੈ ਇਸ ਨਾਲ ਆਪਣੀ ਤਾਰ ਸਿਮਰਨ ਜੋੜ ਲੈਂਦੇ ਹਾਂ ਨੰਬਰ 6 ਇੱਕ ਦਿਨ ਭਾਈ ਵਜੀਰ ਸਿੰਘ ਅਤੇ ਸੰਤ ਜੀ ਮਹਾਰਾਜ ਚੌਂਕੇ ਵਿੱਚ ਚੁੱਲ੍ਹੇ ਪਾਸ ਬੈਠੇ ਸਨ ਮਾਈ ਭਾਗ ਭਰੀ ਖੂਹ ਤੋਂ ਜਲ ਲੈਣ ਗਈ ਜਦ ਮਾਈ ਮੁੜ ਕੇ ਆਈ ਤਦ ਕੀ ਵੇਖਦੀ ਹੈ ਕਿ ਸੰਤ ਜੀ ਫੁੱਲ ਕੇ ਪੁਕਾਰ ਰਹੇ ਹਨ ਅਤੇ ਦੋ ਫੁੱਲ ਕੇ ਪੁਕਾਰ ਚੁਕੇ ਹਨ ਮਾਈ ਨੇ ਕਿਹਾ ਮਹਾਰਾਜ ਇਹ ਕੀ ਸੰਤ ਜੀ ਹੱਸ ਕੇ ਬੋਲੇ ਕਿਧਰੇ ਅਟਕਲ ਨਾ ਭੁੱਲ ਜਾਵੇ ਫਿਰ ਮਾਈ ਨੇ ਬੇਨਤੀ ਕੀਤੀ ਮਹਾਰਾਜ ਫਿਰ ਇੱਕ ਹੋਰ ਪਕਾਓ ਸੰਤ ਜੀ ਮਹਾਰਾਜ ਨੇ ਇੱਕ ਹੋਰ ਫੁਲਕਾ ਪਕਾਇਆ ਇੱਕ ਫੁਲਕਾ ਭਾਈ ਵਜੀਰ ਸਿੰਘ ਜੀ ਨੂੰ ਦਿੱਤਾ ਇੱਕ ਮਾਈ ਭਾਗ ਭਰੀ ਨੂੰ ਤੇ ਇੱਕ ਆਪ ਲਿਆ ਨੰਬਰ 7 ਇੱਕ ਸਾਲ ਕਨੋਹੀ ਵਿੱਚ ਮਹੀ ਉਕਾ ਹੀ ਨਾ ਵਸਿਆ ਲੋਕੀ ਤਰਾਸ ਤਰਾਸ ਕਰ ਉੱਠੇ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਮਾਈ ਭਾਗ ਭਰੀ ਪਾਸ ਗਿਆ ਤੇ ਆਖਿਆ ਕਿ ਸੰਤ ਜੀ ਮਹਾਰਾਜ ਨੂੰ ਬੇਨਤੀ ਕਰੋ ਕੇ ਹਲ ਜੋੜਨ ਮੀਂਹ ਵਸ ਪਏਗਾ ਪਿੰਡ ਵਾਲਿਆਂ ਦੀ ਬੇਨਤੀ ਸੁਣ ਕੇ ਮਾਈ ਸੰਤ ਜੀ ਮਹਾਰਾਜ ਪਾਸ ਬਾਹਰ ਕੁਟਿਆ ਵਿੱਚ ਗਈ ਸਾਰੇ ਪਿੰਡ ਦੇ ਲੋਕੀ ਮਗਰ ਤੁਰੇ ਮਾਈ ਜੀ ਨੇ ਸੰਤ ਜੀ ਦੇ ਚਰਨਾਂ ਤੇ ਅਸੀਸ ਧਰਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਪਿੰਡ ਵਿੱਚ ਮੀਂਹ ਨਹੀਂ ਪੈਂਦਾ ਸਾਰਾ ਪਿੰਡ ਬੇਨਤੀ ਕਰਦਾ ਹੈ ਕਿ ਆਪ ਅੱਜ ਹਲ ਜੋੜੋ ਤਾਂ ਮੀਂਹ ਪਵੇ ਸੰਤ ਜੀ ਮਹਾਰਾਜ ਹੱਥ ਪਏ ਤੇ ਕਿਹਾ ਸਾਡਾ ਵੀ ਤਪੇ ਵਾਂਗੂ ਹਾਲ ਕਰਨਾ ਹੈ ਫੇਰ ਕੁਟੀਆ ਤੋਂ ਬਾਹਰ ਆਏ ਉੱਪਰਲੇ ਖੇਤ ਵਿੱਚ ਹਲ ਜੋੜਿਆ ਅਜੇ ਸੰਤ ਜੀ ਮਹਾਰਾਜ ਨੇ ਹੱਥੀਂ ਪਰ ਹੱਥ ਰੱਖਿਆ ਹੀ ਸੀ ਇੱਕ ਪਾਸਿਓਂ ਕਾਲੀ ਬਦਲੀ ਨਜ਼ਰ ਆਈ ਖੇਤ ਦਾ ਇੱਕ ਢੇੜਾ ਦਿੰਦਿਆਂ ਮੀਂਹ ਲਹਿ ਪਿਆ ਤੇ ਬੜੇ ਜ਼ੋਰ ਨਾਲ ਵਸਿਆ ਨੰਬਰ 8 ਇੱਕ ਰਾਤ ਅਮਰਤ ਵੇਲੇ 2 ਵਜੇ ਭਾਈ ਕਰਪਾਲ ਸਿੰਘ ਜੀ ਦੀ ਅੱਖ ਖੁੱਲ ਗਈ। ਇਹ ਕਸਵਲ ਬਾਹਰ ਨਿਕਲ ਤੁਰੇ। ਕੀ ਵੇਖਦੇ ਹਨ ਕਿ ਪੰਜ ਸੂਰਬੀਰ ਸਿੰਘ ਘੋੜਿਆਂ ਤੇ ਸਵਾਰ ਪਿੰਡ ਦੇ ਪਾਸ ਵੱਡੇ ਕਸ ਕੋਲੋਂ ਪੁਲਾਹੀਆਂ ਦੀ ਝੰਗੀ ਵੱਲ ਜਾ ਰਹੇ ਹਨ। ਭਾਈ ਕਰਪਾਲ ਸਿੰਘ ਨੇ ਇਹਨਾਂ ਨੂੰ ਬੜੇ ਆਦਬ ਨਾਲ ਫਤਿਹ ਬੁਲਾ ਕੇ ਪੁੱਛਿਆ ਆਪ ਕੌਣ ਹੋ? ਅਤੇ ਇਸ ਵੇਲੇ ਇੱਥੇ ਕਿਸ ਤਰ੍ਹਾਂ ਆਏ ਹੋ? ਉਹਨਾਂ ਨੇ ਜਵਾਬ ਦਿੱਤਾ ਭਾਈ ਸਿੱਖਾ ਤੂੰ ਕੀ ਲੈਣਾ ਹੈ ਸਵੇਰੇ ਸੰਤ ਜੀ ਮਹਾਰਾਜ ਪਾਸ ਹਾਜ਼ਰ ਹੋਇਆ ਤੇ ਰਾਤ ਦੀ ਵਿਥਿਆ ਆਖ ਸੁਣਾਈ ਮਹਾਰਾਜ ਨੇ ਕਿਹਾ ਇਸ ਗੱਲ ਨੂੰ ਇੱਥੇ ਹੀ ਛੱਡ ਦੇ ਸਤਗੁਰੂ ਕਲਗੀਆਂ ਵਾਲੇ ਦੀਆਂ ਸ਼ਹੀਦ ਫੌਜਾਂ ਆਪਣੀ ਮੌਜ ਵਿੱਚ ਵਿਚਰਦੀਆਂ ਹਨ ਇਹਨਾਂ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਕਿਸੇ ਅੱਗੇ ਇਹਨਾਂ ਦੀ ਗੱਲ ਚਲਾਉਣੀ ਚਾਹੀਦੀ ਹੈ